ਕਿਸੇ ਦੀ ਸਿਰ ਤੇ ਜੂਣ ਹੀ ਨਹੀਂ। ਮੇਨ ਸਾਡਾ ਦਿਲ ਬੜਾ ਮੁਸਲਮਾਨਾਂ ਦੀ ਦਿਲਦਾਰੀ ਹੁੰਦੀ। ਮੈਂ 1.5 ਸਾਲ ਪਹਿਲੇ ਅਮਰ ਸਾਹਿਬ ਨੂੰ ਉਹਨਾਂ ਦੀ ਪਰਾਡ, ਮੈਂ ਤੁਹਾਡੀ ਪਰਾਡ ਤੇ ਵੀ ਆਉਂਦਾ ਸੀ, ਅਮਰ ਸਾਹਿਬ ਨੂੰ ਉਹਨਾਂ ਤੋਂ ਵੀ ਮੈਂ ਬਹਿੰਦਾ ਸੀ। ਲਾਏ ਬਗਾਏ ਮੈਂ ਆਪਣਾ ਪੁਆਇੰਟ ਆਫ ਵਿਊ ਰੱਖਦਾ ਸੀ ਯਾਰ, ਕਿਹੜਾ ਤੁਸੀਂ ਮੁਕੱਦਮਾ, ਤੁਸੀਂ ਮੇਰਾ ਮੁਕੱਦਮਾ ਲੜ ਰਹੇ ਹੋ, ਠੀਕ ਆ ਨਾ, ਸ਼ਾਹ ਦੇ ਨਾਲ ਮੇਰਾ ਇਖਤਲਾਫ਼, ਖਿਲਾਫ਼ ਸ਼ਾਹ ਮੈਨੂੰ ਗਾਲਾਂ ਕੱਢੀਏ, ਤੁਸੀਂ ਮੇਰਾ ਮੁਕੱਦਮਾ ਕਾਹਦਾ ਲੜਨਾ ਸਰ, ਮੈਨੂੰ ਇਹ ਥੋੜ੍ਹਾ ਜਿਹਾ ਦੱਸ ਦਿਓ, ਇਹ ਤੇ ਪਲੀਜ਼ ਥੋੜ੍ਹਾ ਜਿਹਾ ਵਰਕਆਊਟ ਕਰੋ। ਨਹੀਂ ਆਉਣਗੇ ਨਾ, ਅਸੀਂ ਆ ਜਾਂਗੇ, ਅਸੀਂ ਭਾਈ ਆ ਕੇ ਬਹਿ ਕੇ ਸੁਣ ਲਾਂਗੇ ਤੁਹਾਨੂੰ, ਅਸੀਂ ਪਹਿਲੇ ਵੀ ਆਈ ਦਾ ਸੀ, ਹੁਣ ਫੇਰ ਆ ਜਾਂਗੇ, ਠੀਕ ਆ, ਠੀਕ ਹੈ, ਸਾਡੀ ਕੋਈ ਪਹਿਲੀ ਨਹੀਂ ਵੰਡੀ ਤੁਹਾਡੇ ਨਾਲ, ਸਾਡੀ ਪਹਿਲੀ ਨਹੀਂ ਵੰਡੀ ਤੁਹਾਡੇ ਨਾਲ। ਇੱਕ ਹੰਬਲ ਜੀ ਰਿਕੁਐਸਟ ਹੈ, ਅਮਰ ਸਾਹਿਬ ਕੋ ਜ਼ਰੂਰ ਨੌਲੇਜ ਹੈ, ਨੋ ਡਾਊਟ, ਨੋ ਡਾਊਟ, ਉਹ ਏਜਡ ਵੀ ਨੇ, ਠੀਕ ਹੈ ਨਾ, ਸਾਡਾ ਨੀ ਦਿਲ ਕਰਦਾ ਕਿ ਉਹ ਯਾਰ, ਮੇਰੀ ਤਾਂ ਬਰਾਦਰੀ ਵੀ ਹੈ ਗੁੱਜਰ, ਮੇਰਾ ਨੀ ਦਿਲ ਕਰਦਾ ਕਿ ਮੈਂ ਉਹਨਾਂ ਨੂੰ ਗਾਲ ਕੱਢਾਂ, ਲੇਕਿਨ ਯਾਰ ਸਿਰਫ ਇਸ ਕਰਕੇ ਹਵਾ ਕਹਿੰਦੇ ਨਾ, ਥੋੜਾ ਸੇਕ ਲਵਾਉਣਾ ਪੈਂਦਾ, ਸੇਕ ਲਵਾਉਂਦੇ, ਹੋਰ ਕੋਈ ਮਸਲਾ ਨੀ, ਕੋਈ ਦਾਵਤ ਨੀ ਹੈ ਤੁਹਾਡੇ ਨਾਲ। ਕਾਇੰਡਲੀ ਯਾਰ ਇਹਦੇ ਤੇ ਥੋੜਾ ਜਿਹੀ ਰਿਕੁਐਸਟ ਕਰੋ, ਉਹਨਾਂ ਨੂੰ ਵਰਕਆਊਟ ਕਰੋ, ਮੈਂ ਆਮਿਰ ਭਾਈ ਨੂੰ ਤਾਲੇ ਲੱਗੇ, ਅਸੀਂ ਵੀ ਸੁਰਖਰੂ ਹੋਈਏ ਰੋਜ਼ੇ ਮੈਚ, ਅੱਜ ਹੀ ਕਾਲ ਕਰਾਂਗਾ ਇਸ ਮਸਲੇ, ਬੜੀ ਮਿਹਰਬਾਨੀ, ਬੜੀ ਮਿਹਰਬਾਨੀ ਸਾਹਿਬ, ਕੋਈ ਮਸਲਾ, ਕਿਉਂ ਨਹੀਂ, ਕਿਉਂ ਨਹੀਂ ਯਾਰ। ਮੈਂ ਤੇ ਸਭ ਤੋਂ ਪਹਿਲੇ ਟਿਕਟੋਕ ਤੇ ਦੇਖੇ ਹੀ ਸ਼ਾਹਿਦ ਭਾਈ ਨੂੰ, ਹੈ ਇਹਨਾਂ ਦੀ ਵੀਡੀਓਜ਼ ਤੇ ਮੈਨੂੰ ਬੜੀਆਂ ਹੀ ਪਸੰਦ ਸਨ, ਔਰ ਬੜਾ ਜ਼ਬਰਦਸਤ ਇਹਨਾਂ ਦਾ ਕੰਮ ਸੀ। ਇੱਕ ਵੀਡੀਓ ਬਣਾਉਂਦੇ ਸਨ ਤੇ ਮਰਚਾਂ ਲੱਗਦੀਆਂ ਸਨ, ਉਹ ਸਾਰੀ ਦਿਹਾੜੀ ਉਹ ਜਿਹੜਾ ਨਾ ਸਿੱਖਦੇ ਰਹਿੰਦੇ ਸਨ ਬਹਿ ਕੇ। ਇਹਨਾਂ ਨੇ ਤਾਂ ਬੜਾ ਜ਼ਬਰਦਸਤ ਕੰਮ ਕੀਤਾ ਹੈ ਉਸ ਟਾਈਮ ਤੇ। ਬਾਅਦ ਚੋਂ ਆ ਕੇ ਥੋੜ੍ਹੀ ਜਿਹੀ ਇਖਤਲਾਫ ਹੋ ਗਏ, ਯਾਦ ਹੈ ਤੁਹਾਡੇ ਕੋਲ ਇੱਕ ਬੰਦਾ ਆਉਂਦਾ ਸੀ, ਉਹ ਮੈਂ ਨਾਂ ਭੁੱਲ ਗਿਆ, ਜਬਰੂ ਖਾਨ, ਜਬਰੂ ਖਾਨ, ਹਾਂ, ਬੜੇ ਬੜੇ ਜ਼ਬਰਦਸਤ ਬੰਦੇ ਤੁਹਾਡੀ ਇਸ ਬਰਾੜ ਤੋਂ ਨਿਕਲ ਕੇ ਅੱਗੇ ਪਿੱਛੇ ਗਏ ਨੇ, ਅਸੀਂ ਬੜਾ ਕੁਝ ਸਿੱਖਿਆ। ਕੋਈ ਐਸੀ ਨਹੀਂ, ਲੇਕਿਨ ਪਤਾ ਕੀ ਹੈ, ਦੇਖੋ ਮੈਂ ਇੱਕ ਗੱਲ, ਮੈਂ ਨਾ ਮੇਰੀ ਬਰਾੜ ਦੇ ਉੱਤੇ ਨਾ ਮੈਂ ਇੱਕ ਅਸੂਲ ਰੱਖਿਆ ਦਾ ਕਿ ਮੈਂ ਮਸਲਕ ਨੂੰ ਕਿਸੇ ਨੂੰ ਵੀ ਨਾਲ ਨਹੀਂ ਲੈ ਕੇ ਟੁਰਦਾ, ਠੀਕ ਹੈ। ਇੱਥੇ ਸਿਰਫ ਮੈਂ ਲੈ ਕੇ ਟੁਰਨਾ ਇੱਕ ਮੁਸਲਮਾਨ ਨੂੰ, ਜਿਹਦਾ ਜਜ਼ਬਾ ਇਮਾਨੀ ਹੈ ਵੇ ਕਿ ਮਰਜ਼ਈਆਂ ਦੀ ਮੰਜੀ ਠੋਕਣੀ ਹੈ, ਠੀਕ ਹੈ। ਤੁਹਾਡੇ ਨਾਲ ਜਿੰਨੇ ਬੰਦੇ ਜੁੜੇ ਨੇ ਨਾ, ਉਹਨਾਂ ਦੇ ਆਪਣੇ ਜ਼ਾਤੀ ਮਫਾਦਾਤ ਨੇ, ਠੀਕ ਹੈ। ਉਹਨਾਂ ਨੇ ਦੇਖਣਾ ਲਾਈਫ ਕਿੱਥੇ ਤੁਰਨੀ ਹੈ। ਕੋਈ ਵੀ ਐਸਾ ਸਵਾਲ, ਇੱਕ ਆਮ ਤੁਸੀਂ ਕਹਿੰਦੇ ਹੋ ਨਾ ਕਿ ਉਹ ਜਿਹੜੇ ਸਾਇਲੈਂਟ ਲਿਸਨਰ ਨੇ, ਖੁਦਾ ਦੀ ਕਸਮ ਚੁੱਕ ਕੇ ਕਹਿੰਦਾ ਕੈਸਰ ਸਾਹਿਬ, ਮੈਂ ਤੁਹਾਨੂੰ ਐਸੇ ਐਸੇ ਕਮੈਂਟਸ ਦੱਸ ਸਕਦਾ ਵਾਂ ਜਿਹੜੇ ਕਿ ਮੈਂ ਸੋਚ ਵੀ ਨਹੀਂ ਸਕਦਾ। ਮਰਜ਼ਈ ਸਨ, ਮਰਜ਼ਈ ਸਨ। ਉਹਨਾਂ ਨੂੰ ਜਦੋਂ ਇਹ ਚੀਜ਼ਾਂ ਦੱਸੀਆਂ ਨੇ ਨਾ ਸਾਰੀਆਂ ਕਿਤਾਬਾਂ, ਠੀਕ ਹੈ, ਮਿਰਜ਼ੇ ਦਾ ਸਾਰਾ ਗੰਦਾ ਲਿਟਰੇਚਰ ਹੈ, ਜਿੱਥੋਂ ਮਰਜ਼ੀ ਜਿਹੜੀ ਮਰਜ਼ੀ ਉਂਗਲੀ ਕੱਢ ਰੱਖੋ, ਉੱਥੋਂ ਮੈਂ ਮਿਰਜ਼ੇ ਦਾ ਗੰਦ ਕੱਢ ਕੇ ਤੁਹਾਨੂੰ ਦੱਸ ਸਕਦਾ, ਠੀਕ ਹੈ। ਉਹਨਾਂ ਕਿਤਾਬਾਂ ਜਦੋਂ ਮੈਂ ਹਵਾਲੇ ਸਾਹਮਣੇ ਰੱਖ ਕੇ ਦੱਸਣਾ ਪੜ੍ਹਨਾ ਸਾਂ, ਅਫੀਸ਼ੀਅਲ ਵੈਬਸਾਈਟ ਮਰਜ਼ਈਆਂ ਨੇ ਇਨਬੋਕਸ ਦੇ ਵਿੱਚ ਮੈਨੂੰ ਕਿਹਾ ਕਿ ਕਿਹੜੀ ਵੈਬਸਾਈਟ ਹੈ, ਯੇ ਵੋ, ਕਿਉਂਕਿ ਨਾਰਮਲ ਮਰਜ਼ਈ ਨੂੰ ਮਿਰਜ਼ੇ ਦੇ ਗੰਦੇ ਲਿਟਰੇਚਰ ਦਾ ਪਤਾ ਹੀ ਨਹੀਂ ਹੈ। ਇਹ ਉਹ ਰੀਜ਼ਨ ਜੇ ਜਿਹੜਾ ਮਰਜ਼ਈ ਅੱਜ ਤੁਹਾਨੂੰ ਕਹਿੰਦਾ, ਚੈਲੰਜ ਕਰਦਾ, ਤੁਸੀਂ ਨਹੀਂ ਕਰ ਸਕਦੇ, ਤੁਸੀਂ ਨਹੀਂ ਕਰ ਸਕਦੇ। ਜੇ ਬਾਏ ਇਸਲਾਮਿਕ ਲਾਅ ਦੇਖੋ ਨਾ, ਸਾਡੇ ਉਲਮਾਏ ਦੀਨ ਜਿਹੜੇ ਨੇ ਨਾ, ਉਹਨਾਂ ਨੇ ਇਹ ਮਨ੍ਹਾ ਫਰਮਾਇਆ ਕਿ ਕਿਸੇ ਮਰਜ਼ਈ ਦੇ ਨਾਲ ਕੁਰਾਨੋ ਹਦੀਸ 'ਤੇ ਗੱਲ ਕੀਤੀ ਜਾਏ, ਠੀਕ ਹੈ। ਮੈਨੂੰ ਇੱਕ ਫਤਵਾ ਲਿਆ ਕੇ ਦੱਸ ਦਿਓ ਜਿਹੜਾ ਕਿ ਸਾਨੂੰ ਮੁਸਲਮਾਨਾਂ ਨੂੰ ਇਜਾਜ਼ਤ ਦੇ ਮਰਜ਼ਈਆਂ ਨਾਲ, ਕਾਫਰਾਂ ਨਾਲ ਨਹੀਂ, ਨੌਨ ਮੁਸਲਮਾਂ ਦੀ ਮੈਂ ਪੈ ਗੱਲ ਨਹੀਂ ਕਰਦਾ। ਕਿਉਂ ਕਿ ਜਿਹੜੇ ਨੌਨ ਮੁਸਲਿਮ ਨੇ ਨਾ, ਉਹਨਾਂ ਦੇ ਆਪਣੇ ਮਜ਼ਹਬ ਨੇ। ਜਿਹੜੇ ਇਹ ਮਰਜ਼ਈ ਨੇ, ਇਹ ਨੌਨ ਮੁਸਲਿਮ ਨਹੀਂ ਹੈ, ਇਹ ਜ਼ੰਦੀਕ ਨੇ, ਮੁਰਤੱਦ ਨੇ, ਇਹ ਮੁਸਲਮਾਨਾਂ 'ਚ ਫਿਤਨਾ ਹੈ, ਇਹਨਾਂ ਦਾ ਕੋਈ ਦੀਨ ਨਹੀਂ ਹੈ। ਕੈਸਰ ਮਲਿਕ ਸਾਹਿਬ ਬੜੀ ਡੀਪਲੀ ਗੱਲ ਕਰਨ ਲੱਗਾ, ਸੋਚਿਓ ਅਤੇ ਸਮਝਿਓ, ਇਹਨਾਂ ਦਾ ਕੋਈ ਮਜ਼ਹਬ ਨਹੀਂ ਹੈ। ਕਿਉਂਕਿ ਜਦੋਂ ਇਹਨਾਂ ਨੂੰ ਕਹੋ ਨਾ, ਇਹ ਕਹਿੰਦੇ ਨੇ ਅਸੀਂ ਰੀਅਲ ਮੁਸਲਮਾਨ ਹਾਂ, ਠੀਕ ਹੈ, ਅਹਿਮਦੀਆ ਮੁਸਲਮਾਨ, ਇਹ ਕੋਈ ਕੰਸੈਪਟ ਨਹੀਂ ਹੈ ਇਹਨਾਂ ਦਾ। ਮਿਰਜ਼ਾ ਕਾਣਾ, ਸਿੱਧੀ ਜੀ ਗੱਲ ਯਾਰ, ਹਜ਼ਰਤ ਈਸਾ ਅਲੈਹਿ ਸਲਾਮ, ਵਫਾਤ ਈਸਾ, ਹਜਾਤ ਈਸਾ ਦਾ ਮੌਜੂ ਇੱਥੇ ਖਤਮ ਹੋ ਜਾਂਦਾ ਵੇ, ਜਦੋਂ ਤੁਸੀਂ ਇੱਕ ਗੱਲ ਕਰ ਛੱਡਦੇ ਹੋ ਨਾ ਕਿ ਜਿਨ੍ਹਾਂ ਨੇ ਆਉਣਾ ਵੇ ਨਾ, ਉਹਨਾਂ ਪੈਦਾ ਨਹੀਂ ਹੋਣਾ, ਤੁਹਾਡਾ ਕਾਣਾ ਤਾਂ ਪੈਦਾ ਹੋਇਆ ਹੈ, ਅਤੇ ਜਿਨ੍ਹਾਂ ਆਉਣਾ ਉਹ ਬਿੰਤੇ ਮਰੀਅਮ ਨੇ, ਬਿਲਕੁਲ, ਠੀਕ ਹੈ, ਬਿਲਕੁਲ, ਉਹਨਾਂ ਦੇ ਵਾਲਦ ਨਹੀਂ ਹੈ, ਅੱਲਾਹ ਤਾਲਾ ਨੇ ਉਹਨਾਂ ਦਾ ਰਫਾ ਕੀਤਾ, ਰਫਾ ਉੱਤੇ ਹੀ ਹੁੰਦਾ, ਚੁੱਕੋ, ਚੁੱਕਣਾ ਉਹ ਹਮੇਸ਼ਾ ਉੱਤੇ ਹੁੰਦਾ। ਬਿੰਤੇ ਮਰੀਅਮ ਨੇ, ਇਬਨੇ ਮਰੀਅਮ ਨੇ, ਇਬਨੇ ਮਰੀਅਮ, ਸੋਰੀ, ਠੀਕ ਹੈ। ਇਹ ਚੀਜ਼ ਨੂੰ ਇੰਨੀ ਸਾਰੀ ਛੋਟੀ ਸਾਰੀ ਗੱਲ ਹੈ, ਜਦੋਂ ਆਕਾ ਹੀ ਦੋ ਜਹਾਨ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾ ਦਿੱਤਾ ਲਾ ਨਬੀ ਅਬਾਦੀ, ਅਤੇ ਫਿਰ ਤੱਕ ਵਿੱਚ ਬਹਿਸ ਹੀ ਕਰਨਾ ਖਤਮ ਹੋ ਗਈ। ਅਤੇ ਇਹਨਾਂ ਜ਼ੰਦੀਕਾਂ ਨੇ ਐਸੇ ਮਾਰਿਆ ਹੀ ਸਾਡੇ ਮੁਸਲਮਾਨਾਂ ਨੂੰ ਆਪਸ 'ਚ ਇੱਕ ਦੂਜੇ 'ਚ ਉਲਝਾ ਛੱਡਿਆ ਵੇ।
ਤੇ ਮੈਂ ਇੱਥੇ ਨੌਜ਼ ਬਿਲਾ ਨਾ ਹੀ ਕੋਈ ਆਪਣੀ ਬਰਾਡ ਚਲਾਉਣ ਬੈਠਾ ਦਾ, ਜੋ ਹੱਕ ਸੱਚ ਦੀ ਗੱਲ ਹੈ ਉਹ ਕਰਨ ਬੈਠਾ ਦਾ ਵਾਂ। ਤੇ ਪਲੀਜ਼ ਇਹੋ ਜਿਹੀ ਮੇਰੇ ਕੋਲ ਵੀਡੀਓ ਦੇਖਣ ਤੇ ਸੁਣਨ 'ਚ ਆਈਆਂ ਨੇ ਤੇ ਤੋਬਾ ਸਤਫਾਰ ਦਿਲ ਸੋਚਣ ਤੇ ਮਜਬੂਰ ਹੋ ਗਿਆ ਯਾਰ ਕਿ ਇੱਕ ਮੁਸਲਮਾਨ ਐਡਾ ਮਜਬੂਰ ਹੋ ਗਿਆ ਕਿਸੇ ਮਰਜ਼ਈ ਨਾਲ ਮਾਫੀਆਂ ਮੰਗ ਕੇ ਤੇ ਤਰਲੇ ਪਾ ਕੇ ਗੱਲਾਂ ਕਰਨੀਆਂ ਉਹਨਾਂ ਨਾਲ। ਚਲੋ ਇਨਸ਼ਾਅੱਲਾ ਤਾਲਾ, ਜਿਹੜੀ ਤੁਸੀਂ ਗੱਲ ਕਹੀ ਹੈ ਨਾ, ਮੈਂ ਆਮਿਰ ਭਾਈ ਨਾਲ ਵੀ ਗੱਲ ਕਰਾਂਗਾ, ਬਾਕੀ ਭਾਈਆਂ ਨਾਲ ਵੀ ਗੱਲ ਕਰਾਂਗਾ, ਇਨਸ਼ਾਅੱਲਾ ਤਾਲਾ ਉਸ ਤੇ ਅਮਲ ਹੋਏਗਾ। ਜਿਨ੍ਹਾਂ ਦੀਆਂ ਲਾਈਵਾਂ ਦੇ ਉੱਤੇ ਗੁਸਤਾਈ ਹੋਏ ਉਹ ਹੁਸੈਨੀ ਹੈ। ਸ਼ਾਇਦ ਭਾਈ ਇੱਕ ਗੱਲ ਕਰਨ ਨੂੰ ਕੈਸਰ ਸਾਹਿਬ, ਕੈਸਰ ਭਾਈ ਮਾਫੀ ਚਾਹੁੰਦਾ ਮੈਂ ਵਿੱਚ ਤੁਹਾਨੂੰ ਇੰਟਰਪਟ ਕਰ ਰਿਹਾ। ਨਹੀਂ ਨਹੀਂ ਕੋਈ ਮਸਲਾ। ਦੇਖੋ ਮੇਰੀ ਗੱਲ ਯਾਦ ਰੱਖਣਾ ਮੇਰਾ ਵੀਰ, ਕਿ ਅਸੀਂ ਮਰਾਂਗੇ ਨਾ ਤੇ ਅੱਲਾ ਰੱਬੁਲ ਇੱਜ਼ਤ ਦੇ ਸਾਹਮਣੇ ਪੇਸ਼ ਹੋਣਾ ਹੈ, ਔਰ ਸਾਡੇ ਇਮਾਨ ਦਾ ਇੱਕ ਹਿੱਸਾ ਹੈ ਕਿ ਕਿਆਮਤ ਵਾਲੇ ਦਿਨ ਸਾਡੀ ਨਬੀ ਪਾਕ ਸੱਲੱਲਾਹੁ ਅਲੈਹਿ ਵਾਲੇ ਵਸੱਲਮ ਨੇ ਸਿਫਾਰਿਸ਼ ਕਰਨੀ ਹੈ। ਅਸੀਂ ਆਪਣੇ ਅਮਲਾਂ ਦੇ ਤੋਫੈਲ ਨਹੀਂ ਬਖਸ਼ਿਆ ਜਾਣਾ, ਸਮਝ ਗਏ? ਅਗਰ ਅਮਲਾਂ ਦਾ ਹਿਸਾਬ ਕਿਤਾਬ ਹੋ ਗਿਆ ਨਾ ਭਾਈ ਜਾਨ, ਤਾਂ ਅਸੀਂ ਸਾਰੇ ਸਾਰੇ ਖਸਾਰੇ 'ਚ ਹਾਂ, ਕਿਉਂਕਿ ਸਾਡੇ ਕੋਲ ਨਮਾਜ਼ਾਂ ਦੀ ਵੀ ਕਮੀ, ਰੋਜ਼ਿਆਂ ਦੀ ਵੀ ਕਮੀ, ਇਬਾਦਤ ਦੀ ਕਮੀ, ਹੱਜਾਂ ਦੀ ਕਮੀ, ਜ਼ਕਾਤਾਂ ਦੀ ਕਮੀ, ਛੋਟੇ ਛੋਟੇ ਝੂਠ ਗੁਨਾਹ ਜਿਹੜੇ ਅਸੀਂ ਕੀਤੇ ਨੇ ਬੇਸ਼ੁਮਾਰ, ਸਾਰੇ ਪੱਲੇ ਪੈ ਜਾਣਗੇ ਸਾਡੇ। ਅਗਰ ਅਸੀਂ ਸਾਡੀ ਬਖਸ਼ਿਸ਼ ਹੋਣੀ ਹੈ ਤੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਾਲੇ ਵਸੱਲਮ ਦੀ ਸਿਫਾਰਿਸ਼ ਨਾਲ ਹੋਣੀ। ਤੇ ਮੇਰਾ ਭਰਾ ਜਿੰਦੇ ਜੀ ਉਹ ਕੰਮ ਨਾ ਕਰੋ ਕਿ ਰੋਜ਼ੇ ਮੈਸ਼ਰ ਆਕਾ ਕਰੀਮ ਸੱਲੱਲਾਹੁ ਅਲੈਹਿ ਵਾਲੇ ਵਸੱਲਮ ਤੁਹਾਨੂੰ ਦੇਖ ਕੇ ਮੂੰਹ ਫੇਰ ਲੈਣ। ਉਹ ਕੰਮ ਕਰੋ ਕਿ ਆਕਾ ਨੂੰ ਖੁਸ਼ੀ ਹੋਏ ਕਿ ਯਾਰ ਕਿ ਕਮ ਅਜ਼ ਕਮ ਮੇਰੀ ਨਫੋਸ ਲਈ, ਮੇਰੀ ਇੱਜ਼ਤ ਲਈ ਇਹਨਾਂ ਬੰਦਿਆਂ ਕੁਝ ਤੇ ਦੋ ਅਲਫਾਜ਼ ਤੇ ਕਹੇ ਨੇ, ਉਹ ਵੀ ਸਦਕੇ ਦਿਲ ਨਾਲ ਕਹੇ ਨੇ। ਭਾਈ ਜੀ ਸਾਡੀ ਇਹ ਹੀ ਕੰਮ ਆ ਕਿ ਅਸੀਂ ਇਹਨਾਂ ਬਰਾੜਾਂ ਤੇ ਆ ਕੇ ਬਹਿੰਦੇ ਹਾਂ ਸਿਰਫ ਇਸ ਵਾਸਤੇ ਕਿ ਮੇਰੇ ਆਕਾ ਦੀ ਇੱਥੇ ਤੋਹੀਨ ਨਹੀਂ ਆਉਂਦੀ, ਮੇਰੇ ਉਮਤੁਲ ਮੁਮਿਨੀਨ ਦੀ ਤੋਹੀਨ ਨਹੀਂ ਆਉਂਦੀ, ਮੇਰੇ ਸਾਹਬਾ ਇਕਰਾਮ ਦੀ ਇੱਥੇ ਤੋਹੀਨ ਨਹੀਂ ਆਉਂਦੀ। ਜਿੱਥੇ ਤੋਹੀਨ ਹੋਏ ਉਹਨਾਂ ਦੀ, ਜਿੱਥੇ ਉਹਨਾਂ ਦੇ ਮੁਖਾਲਫ ਝੂਠੇ ਕਜ਼ਾਬ ਦੇ ਉੱਤੇ ਮੁਤਰ ਲਈ ਸ਼ਲਵਾਰ ਤੇ ਬੜੀਆਂ ਬੜੀਆਂ ਗੱਲਾਂ ਕੀਤੀਆਂ ਜਾਣ ਪੈ ਜਾਣ, ਉਹਨਾਂ ਨੂੰ ਫਿਰ ਕੀ ਫਾਇਦਾ? ਅਸੀਂ ਫਿਰ ਕਿਸ ਚੀਜ਼ ਦੇ ਉਮਤੀ ਆ? ਕੁਸਚਨ ਆ, ਤੁਸੀਂ ਬਹਿ ਕੇ ਸੋਚਣਾ ਇਸ ਚੀਜ਼ ਤੇ। ਹਾਫਿਜ਼ ਭਾਈ ਕੀ ਹਾਲ ਹੈ ਜੀ? ਠੀਕ ਠਾਕ ਜੀ। ਫੈਸਲ ਭਾਈ ਅਸਲਾਮ ਅਲੈਕੁਮ। ਮੈਨੂੰ ਕਹਾ ਹਾਫਿਜ਼ ਭਾਈ, ਆਪ ਲੋਗੋਂ ਕੋ ਕੱਲ ਮੈਨੇ ਰਿਕਵੈਸਟ ਕੀ ਥੀ ਕਿ ਆਪ ਲੋਗ ਆਪਣਾ ਕੰਮ ਜਾਰੀ ਰੱਖੇ, ਜੋ ਲੋਕ ਦੂਸਰੇ ਕਾਮ ਕਰ ਰਹੇ ਹੈ ਉਨਕੋ ਅੱਲਾ ਦਹਿਤ ਦੇ, ਉਨਕੋ ਉਲਮਾ ਇਕਰਾਮ ਉਨਕੀ ਤਸਦੀਕ ਕਰੇਂਗੇ, ਆਪ ਛੋੜ ਦੇ, ਆਪਕੀ ਬਾਤ ਉਨ੍ਹੋਂ ਨਾ ਮਾਨੀ ਹੈ ਨਾ ਸੁਨਨੀ ਹੈ, ਲੇਕਿਨ ਜਬ ਆਪ ਉਨ ਲੋਗੋਂ ਕੇ ਉਪਰ ਤਨਕੀਦ ਮੇਂ ਆਪਣਾ ਟਾਈਮ ਜ਼ਾਇਆ ਕਰੇਂਗੇ ਨਾ, ਜੋ ਕੁਫਰ ਔਰ ਦਜਲ ਆਪਨੇ ਅਯਾਂ ਕਰਨਾ ਥਾ। ਵਾਲੇਕੁਮ ਅਸਲਾਮ, ਵੈਲਕਮ ਜੀ। ਜੋ ਆਪਨੇ ਕੁਫਰ ਅਯਾਂ ਕਰਨਾ ਥਾ ਨਾ, ਮਿਰਜ਼ੇ ਕਾ ਉਸਕੀ ਕਿਤਾਬੋਂ ਮੇਂ ਲਿਖਾ ਹੁਆ, ਵੋ ਆਪਕਾ ਹਜ ਹੋ ਰਹਾ ਹੈ, ਬਸ ਮੈਂ ਇਤਨਾ ਯਾਦ ਦਿਲਾਨਾ ਚਾਹਤਾ ਹੂੰ ਆਪ ਲੋਗੋਂ ਕੋ, ਬਾਕੀ ਆਪ ਬਹੁਤ ਜ਼ਬਰਦਸਤ ਬਾਤ ਕੀ ਹੈ। ਬਹੁਤ ਭਾਈ, ਇੱਕ ਸੈਕਿੰਡ ਭਾਈ, ਫੈਜ਼ ਭਾਈ ਇੱਕ ਸੈਕਿੰਡ, ਸੌਰੀ ਮੈਂ ਭਾਈ ਮਾਜ਼ਰਨਾ। ਫੈਜ਼ ਭਾਈ ਦੇਖੋ, ਇਹ ਸਾਡੇ ਮੁਸਲਮਾਨ ਭਾਈ ਨੇ, ਇਹ ਜੇ ਸਾਡੇ ਮੁਸਲਮਾਨ ਭਾਈ ਹੈ ਨਾ, ਜੇ ਮੇਰੇ 'ਚ ਕੋਈ ਕਮੀ ਹੈ ਤੇ ਮੈਨੂੰ ਦੱਸਣ, ਜੇ ਇੰਨਾ ਚਾਹੀਏ ਤੇ ਮੇਰਾ ਫਰਜ਼ ਬਣਦਾ ਸੀ ਇਹਨਾਂ ਨੂੰ ਇੱਕ ਵਾਰੀ ਉਠਾ ਕੇ ਦੱਸ ਦੇਵਾਂ, ਇਹਨਾਂ ਨਾਲ ਹੰਬਲੀ ਇੱਕ ਰਿਕੁਐਸਟ ਕਰ ਦੇਵਾਂ, ਇਹ ਆਪਣੀ ਹੁਜਤ ਤਮਾਮ ਕੀਤੀ ਹੈ। ਅੱਛਾ ਮੁਝੇ ਇੱਕ ਬਾਤ, ਅਭੀ ਨਜਫ ਅਬਾਸ ਆਪ ਅਭੀ ਸ਼ਾਮਲ ਹੋਏ ਹਮਾਰੇ ਸਾਥ, ਆਪ ਪਹਿਲੇ ਵੋ ਦੂਸਰੀ ਲਾਈਫ ਪੇ ਥੇ ਜਹਾਂ ਪਰ ਹਮ ਬੈਠੇ ਹੋਏ ਥੇ, ਦੂਸਰੀ ਜਗ੍ਹਾ ਜਹਾਂ ਤਾਰਿਕ ਚੌਹਾਨ ਬਾਤ ਕਰ ਰਹਾ ਥਾ। ਨਹੀਂ ਮੈਂ ਗਿਆ ਹੂੰ, ਮੈਂ ਉਸਕੀ ਬਕਵਾਸ ਸੁਣੀ ਹੈ, ਮੈਂ ਬਾਹਰ ਆ ਗਿਆ। ਅੱਛਾ ਅਭੀ ਮੈਂ ਆਪਕੋ ਬਾਬਰ ਮਹਿਰ ਭਾਈ ਕੀ, ਬਾਬਰ ਮਹਿਰ ਭਾਈ ਕੀ ਅਗਰ ਉਨ੍ਹੋਂਨੇ ਯੂਟਿਊਬ ਪੇ ਅਪਲੋਡ ਕੀ ਨਾ, ਤੋ ਮੈਂ ਉਧਰ ਸੇ ਆਪਕੋ ਕਲਿਪ ਨਿਕਾਲ ਕੇ ਭੇਜੂੰਗਾ। ਅੱਲਾ ਸੁਬਾਨਾ ਤਾਲਾ ਕੀ ਔਰ ਕੁਰਾਨ ਕੀ ਇਤਨੀ ਸਰੀਹਨ ਗੁਸਤਾਖੀ ਕੀਤੀ ਝੂਠ ਬੋਲ ਕੇ, ਬਈ ਅੱਲਾ ਤੋ ਕਹਤਾ ਹੈ ਕਿ ਕਿਸੀ ਕੋ ਬੁਰਾ ਨਾ ਕਹੋ, ਔਰ ਫਿਰ ਕੁਰਾਨ ਕੇ ਅੰਦਰ ਖੁਦ ਹੀ ਕਹਤਾ ਹੈ ਲਾ ਅਬਦੂ ਮਾ ਤਾਬਦੂਨ, ਔਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਬੁੱਤ ਵੀ ਤੋੜ ਦੀਏ, ਤੋ ਕਿਆ ਯੇ ਤਜ਼ਾਦ ਨਹੀਂ ਹੈ? ਇੱਕ ਤਰਫ ਅੱਲਾ ਹੁਕਮ ਕੁਛ ਦੇ ਰਿਹਾ ਔਰ ਨਾਊਜ਼ ਬਿੱਲਾ ਦੂਸਰੀ ਦਾ ਕੁਛ ਕਹਿ ਰਿਹਾ ਔਰ ਉਸਕਾ ਰਸੂਲ ਕੁਛ ਕਹਿ ਰਿਹਾ, ਐਸੀ ਬੇਹੂਦਾ ਔਰ ਲਗਵ ਬਾਤ ਕੀ ਗਈ, ਔਰ ਮੁਸਲਮਾਨੋਂ ਮੇਂ ਸੇ ਕਿਸੀ ਨੇ ਵੀ ਉਸਕਾ ਇਸ ਪੁਆਇੰਟ ਕਾ ਜਵਾਬ ਨਹੀਂ ਦਿਆ ਜੋ ਉਸਨੇ ਬਕਵਾਸ ਕੀ ਹੈ, ਉਸਕੀ ਬਜਾਏ ਕਿਸੀ ਔਰ ਮੇਰੇ ਹਾਲ ਅੱਲਾ ਫੈਜ਼ ਭਾਈ ਇੱਕ ਸੈਕਿੰਡ ਜੀ, ਮੈਂ ਇਹ ਡਿਸਕਸ ਕਰਾਂ, ਇੱਕ ਸੈਕਿੰਡ ਯਾਰ ਪਲੀਜ਼ ਫੈਜ਼ ਭਾਈ, ਯਹਾਂ ਪਰ ਕੋਈ ਬਗੈਰ ਫੈਜ਼ ਭਾਈ ਵਨ ਸੈਕਿੰਡ ਯਾਰ ਪਲੀਜ਼ ਫੈਜ਼ ਭਾਈ ਰੁਕੇ 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 ਦਰਬਾਰ ਸੇ ਆਏ ਹੈ ਫੈਜ਼ ਭਾਈ, ਥੋੜੀ ਸੀ ਰੁਕੇ, ਮੈਂ ਇੱਕ ਬੜਾ ਇਨਫਲੂਐਂਸ ਹੈ ਅਲੀ ਖਾਨ, ਇੱਕ ਸੈਕਿੰਡ ਅਲੀ ਖਾਨ, ਇੱਕ ਸੈਕਿੰਡ ਰੁਕੋ ਯਾਰ, ਇੱਕ ਬੰਦਾ ਗੁਸਤਾਖ ਹੈ ਯਾਰ, ਅਲੀ ਖਾਨ ਰੁਕੋ ਇੱਕ ਸੈਕਿੰਡ, ਇੱਕ ਬੰਦਾ ਗੁਸਤਾਖ ਹੈ ਠੀਕ ਹੈ, ਇੱਕ ਬਰਾਡ ਪੇ ਵੋ ਗੁਸਤਾਹੀ ਕਰ ਰਿਹਾ ਹੈ, ਆਪ ਉਸਕੋ ਜੂਤੇ ਮਾਰ ਕੇ ਉਤਾਰ ਦੇਤੇ, ਵੋ ਦੂਸਰੀ ਬਰਾਡ ਪੇ ਆਪਣਾ ਮੁਸਲਮਾਨ ਉਸਕੋ ਉਠਾ ਲੇਤਾ ਹੈ, ਕਿਸ ਲੀਏ?
ہاں جی مرزا آ گیا جی ہوں لائف جہی ہے نا 1700 تو 100 تو 200 تو چلی جائے گی نہیں میں نے شاید میں نے ابھی ٹیکس میں لکھا بھی ہے توجہ بھی دلائی ہے کہ مسلمان بھائیو اس نے جو گستاخی توہین کی ہے اللہ کی قرآن کی اس کے جواب پکڑو اس کا گریبان پکڑو آگے سے مجھے جواب مل رہا ہے مخبوط الواز جاؤ شاید شرابی کی لائف کے اوپر چلے جاؤ یہ جواب ہے اگر کوئی آپ کی توجہ دلا دے اگر کوئی آپ کی توجہ دلا لے کہ بھائی اس کا جواب دو گونگے نہ ہو تو اس کو آگے سے کہا جائے تم تو مخبوط الواس ہو تم تو خبتی ہو اور جاؤ جا کر تمہیں کیڑا ہے تم شاید شرابی کی جات کے جاؤ ادھر بات کرو جا کے کیسی گھٹیا بات ہے فیصل بھائی آپ کو یہ ویڈیو چاہیے ہوگی نا میں آپ کو دے دوں گا ہمیں پتا ہے دیکھیں یہ لائف کس کی تھی یہ کس کی لائف تھی گندے قادیانی کو اس اللہ کی توہین کا فوراً جواب دینا چاہیے تھا اسی وقت آن دا اسپاٹ جواب دینا چاہیے تھا اگر آپ کے پاس جواب نہیں ہے کسی اور کو موقع دے دیں وہ جواب دے دیں علی خان بھائی نو واری دو تے میں مڑ کے ایک گل عرض کرنی ہے سانو کڈ لو یار کوئی مسئلہ نہیں ملک بھائی دیکھے عامر بھائی کا بڑا انفلوئنس ہے لیکن مسئلہ یہ ہے کہ جب دو پارٹی ہیں نا پارٹی اے اور پارٹی بی مرزائی پارٹی اور ہم پارٹی جب ہم مرزائی اپنی ان کی لائف پہ جا کے وہ یہ کرتے ہیں کہ یہ غلط آئی ڈی بھی انٹر ہوتی ہے نا کسی کے دوسرے کے نام کی تو وہ بین کرتے ہیں ایک بات دوسری بات وہ ان کا کتنا بھی غلیظ قادیانی بھی ہو نا وہ اتارتے نہیں نیچے دو باتیں اب یہاں پہ تو ہمارے مسئلہ یہ ہے کہ فیصل بھائی کے ساتھ ہم نے سنا ہے میں نے دیکھا بھی ہے میں نے پرسنلی بھی دیکھا ہے یہ ہم سے بھی ہم میوٹ کر لیتے ہیں نو ڈاؤٹ کہ عامر بھائی کے پاس بہت زیادہ علم ہے وہ اچھی بات کرتے ہیں ان کا انفلوئنس ہے لوگ سنتے ہیں لیکن اس کا جس طرح سے وہ قادیانی وہاں پہ بیٹھ کے بات کرتے ہیں نا تو نجب بھائی کو میں نے خود سنا ہے طارق ریسٹیریل صاحب کو وہ بتا رہے ہیں کہ تو میرے چاچو جی ہیں ٹھیک ہے وہ کہہ رہے ہیں نہیں میں تیرے یار تیری والدادا بھائی ہیں میں تم ان ماما بھی کہہ سکتا ہوں سوشل بائیکاٹ کا زندیقیت کے ساتھ نا اس لیے کیا گیا ہے تاکہ یہ لوگ کو جگہ نہ ملے ہم مسلمانوں میں تو جس کی آواز بلند ہے نا جن کا انفلوئنس ہے ڈیبیٹرز کا نو ڈاؤٹ ہم سے بہتر ہیں وہ ٹھیک ہے میرے سے بہتر ہے میں اپنی بات کروں گا چھوڑ دوں شاہد بھائی کو بھی ان کا انفلوئنس ہے نا وہ یہ پیغام نہ دیا جائے اپنے سننے والوں کو کہ وہ لوگ جناب ان سے جی سوشلی اچھا بتاؤ کریں بھائی کہیں عید مبارک کہیں فتوی ایک منٹ میری گل مکلن دے اتھے ہی کر لینا یار تسی گل میں اتھے ہی ہے تسی بھی اتھے ہی ہو گل ہی گلو چلدی پئی اتھے کوئی مسئلہ نہیں ہے آئی لو یو یار جڑا اگر 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 نہ دیکھیں اگر اس میں وہ ہمارے انا موچی کی آئی ڈی اوپر بٹھا کے اسے ڈیبیٹ ہوتی ہے اگر ہمارے سارے ڈیبیٹر اچھی بات کر لیتے ہیں نا وہ اپنی کنڈیشن رکھ سکتے ہیں کہ نہ مرزے پہ درود ہوگا اور یہ پچھلے آپ کی براڈ پہ یہ کمپین چلی بھی تھی میں نے خود سنا تھا خلیفہ وقت وہ کہہ رہا تھا کہ اگر تم لوگ یہ تو عقیدہ ہے نا مرزے پہ درود کرنا تم نے تو ہمارا عقیدہ بھی دجال قادیانی دیکھے جو سچ حق کی بات ہے وہ ضرور ہے اب پتہ نہیں کیا ہوا یہ پیغام جا رہا ہے اگر ہم یہ کہتے ہیں نا کہ ہمارا ٹارگٹ جو ہے نا اچھے جو سننے والے ہیں ان کو افیکٹ کرتی بتائیں سننے والے یہ بھی دیکھ رہے ہیں کہ سوشلائز ہو جائے ان کے ساتھ عید مبارک بھی کہا جائے ان کو السلام علیکم وعلیکم السلام کیا جائے وہ کون سا فتویٰ جو پیر خانی صاحب بتا رہے ہیں اللہ ہی جانتا ہے کون سا فتویٰ جو رسول اللہ صلی اللہ علیہ وسلم سے بڑھ گیا ہے توبہ نعوذ باللہ جب مسلمہ قذاب کو خطوط لکھے جا رہے ہیں ان کو یہ کہا جا رہا ہے کہ ہدایت ان اسلام ان پر جن جو ہدایت کے راستے پہ ہیں خدا رہا یہ بات کو نوٹ کرے آپ ہمارے مسلمانوں کے پاس جان ہے ان کی باتوں میں ان کی دلیل میں جان ہے ان کی
اٹھ کے گردنیں کاٹ دیتی ہیں ہماری مسلمانوں کی دلیلیں, تو پھر جو ہم کنڈیشن رکھ سکتے ہیں کہ ہم اپنی سننے والوں کے پیغام دے کے یہ زندیق ہیں, اور ہم سے زیادہ پتہ ہمارے ڈیبیٹرز کو ہے کہ یہ جو بت بول رہے ہیں نا کہ ہماری براڈ پہ بیٹھ کے اپنی براڈ پہ, یہ وہ طوطے ہیں جو بول پڑے ہیں, ان کو روکا نہیں جا سکتا, یہ تو ہمیں پتہ ہی. اور اگر آخر میں بات کروں گا, ہدایت اللہ تعالیٰ کی اللہ تعالیٰ کی طرف سے ہے, تو لیکن ہمارا جو پیغام ہے نا کہ یہ زندگی سوشل بائیکاٹ کو یہ مد نظر رکھا جائے, اور ہماری اپنے مسلمان جو ہے نا اپنی کنڈیشن رکھیں کہ یہ ہماری کنڈیشن ہے, ہماری عوام ہمیں سنتی ہے, اعتراض کرتی ہے, یہ مطلب کیسے بھائی میری چھوٹی سی بات ہے, مطلب یار بات کر لیں, یہ کنڈیشن جو ہے آپ رکھی جائے گی جان اگر اوکے کرو اوکے کرو باقی گل میں سروائیو میں میرے تے جی گل آئی ہے میں او دا جواب دے لین دے اپنی گل نجر پہلے دوسری بات ہے دوسری بات ہے ملک بھائی دوسری بات یہ ہے کہ دوسری بات یہ ہے کہ نجف کی سن لے پھر دوسری بات دوسری بات یہ ہے کہ جو ہماری نا ہمارے علماء کی جو ہے نا وہ ان کو پریفرنس نہ دی جائے پلیز, کیونکہ وہ کتے خنزیر کا دینی جماعت اپنی براڈ پہ بیٹھ کہتے ہیں کہ علماء فلانی بدتر مخلوق ہے, فلانا یہ ہے, فلانا وہ ہے, جب دیکھیں سب کا ایک لیول ہے نا, ہو سکتا ہے کہ فیصل بھائی اچھی بات کر دیں مجھے اپنا منہ بند رکھ لینا چاہیے, یا میں بات اچھی کر لوں فیصل بھائی مجھے موقع دے دیں, تو مرزائی کتے خنزیر ادھر ہی ہیں, بھاگ نہیں رہے یار میرے بھائی, ایک روز چل رہا ہے معاملہ, چلنے دیں اس کو, یہ دو 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 تین ہی ہیں جو میں نے سن کے جو مجھے افیکٹ ہوا وہ میں نے آپ سب کے سامنے رکھ دیا ہے, باقی جو اللہ کو منظور جو ہمارے بھائی اچھا سوچے سمجھے بس, جزاک اللہ خیر. فرسٹ آف آل شاید بھائی مینو تھوڑے تو بہت بڑا شکوہ ہے, تسا میری تصویر نہیں لائی کیونکہ میں کوئی غلطی نہیں کیتی, تا کر کے تسا تانوں لانی چاہیدی سی, تے دوسری گل جو ہے نا سٹے ریئل طارق چوہان ہے نا اپنا, میں اس نو کھلے لفظاں چ اور میں جڑا بھی مرزائی آندا ہے نا جے اگر وہ میں گل کرنا میں سارے تو پہلے یہ گل کرنا کہ مینو تیرے عقائد اور نظریات جن تو مننا ہے مینو وہ سخت نفرت ہے, ایون کہ ہون بھی ناصر اس میں نا کال تے بیٹھا تھا, سوری یار ایک سیکنڈ صرف, تے ناصر آئے میرا مقصد بالکل بھی تنقید کرنا نہیں نجف پہ, نہیں بھائی تسی بھی انفلوئنس کی بارے میں بات کی نا اس کو آپ مد نظر ضرور رکھیے گا, ٹھیک ہے آپ بہت کلوز ہیں بھائی کے بھی, ہم بھی بہت شوق سے سنتے تھے ان کو, ٹھیک ہے پر میں نہیں اب سن رہا ہوں, میں پرسنلی میں نہیں سن رہا ہوں کیونکہ وہ ان کی طرف سے یا ان براڈ سے وہ غلط میسیج آ رہا ہے کہ ان کو چاچا ماما تایا عید مبارک یہ ساری چیزیں جو ہے نا وہ ہونی چاہیے, یہ علی بھائی نجف بھائی سن لو, ایک نجف بھائی سوال, کوئی مقصد نہیں نجف پہ تنقید کرنے کا اس کا, یار یار علی بھائی والا پیغام ہے یار کی ہو نجف بھائی, نجف بھائی امر بھائی جڑی گل کہندے ہیں مسلمانوں نو گیس ہوئی ہے, امر بھائی نے کیڑا سلنڈر پڑھایا ہوندا ہے بھی تے پوچھنا انہاں نو, ٹھیک ہو گیا یار مینوں کھانسی بھی لگی ہے تے آواز میری صحیح نہیں ہونی, دوسری گل اے کہ میرا ویر میں اوتھے برملا کہہ کے آیا ناصر نوں کہ میں تیرے مرزے دا سب تو بڑا دشمن ہاں پاویں جتھے مرضی کہ جو نے مینوں گال کڈی تے میں اونوں جنے مینوں گال کڈی ہے میں پلٹ کے اونوں ہنزیر کہہ سکنا, اگوں دے کول جواب کوئی نہیں سی ہے, ٹھیک ہے تے چیزاں نے جڑیاں لکھیاں گئیاں نے ہن شاید بھائی دی براڈ چلدی ہوندی سی اور بڑا وی وی آئی پی کام ہوندا سی, انج دے حوالے لب کے آندے سن, میں تواڈے کولوں وی علم لیا, عامر بھائی کولوں وی علم لیا, میرے اتھے بہت سارے استاد نے جنہاں کولوں میں سکھیا, جڑی اج ایک نویں چیز ریویل ہوئی ہے وہ واضح طور پہ کنفرم ہو گیا, جو سارے دل کے شک سے وہ شک دور ہوئے, ٹھیک ہے باقی تسی ویر بھرا ہو سجن ہو ساڈا جڑا ایک رشتہ ہے نا لا الہ الا اللہ محمد رسول اللہ, ٹھیک ہے بھاویں ساری لکھ ناراضگیاں سی ساڈے کول ہے کڑی ضرور موجود ہے جتھے سانوں آ کے جڑنا پہ, باقی تسی جو تہاڈی دل چ آندا کھل کے سانوں آکھو اسی تہانوں آکھیے, یہی تو رشتے ہوں نے, یہی تو برادری برادری ہوں بھائی چارہ ہوں, باقی تھی ہر اگر نظریات ہر ایک گل بات کا احترام کیتا جائے گا, میں آس طور پہ کہہ رہا کہ میں نہیں نجب بھائی ڈکٹیشن ہے ہی نہیں ہے تو بس تک پورا ناؤز بلا, میری طرف سے علی خان کی طرف سے کوئی ڈکٹیشن نہیں ہے, لیکن جو غلط میسیج ہے نا اس سے اوائڈ کریں, وہ جو مطلب جا رہا ہے اگر ہم سننے والوں پہ چھوڑتے ہیں نا تو ہم بھی ان سننے والوں میں بیٹھتے ہیں, میں نا عظیم بھٹ صاحب کی ڈبیٹ میں شوق سے سنتا تھا ان کے ساتھ جب بیٹھ کے بات ہوتی تھی, میں نیچے موجود ہوتا تھا ہر ٹائم, جب وہ تھوڑا سا آگے معاملہ گیا اور وہ میری سمجھ سے باہر بات ہوئی, وہ میں مجھے اچھا نہیں لگا, پرامن احتجاج میں نے کیا اور میں احتجاج کا حصہ ہوں جی, لو یو, باقی حال وال سناؤ سارے سجن بھرا ٹھیک نے, شاید بھائی شکوا میرا اتنا ہی ہے,
ਮੈਂ ਤੁਹਾਡਾ ਸ਼ੁਕਰ ਦੂਰ ਕਰ ਦਿਆਂਗਾ ਬਸ ਸ਼ਾਇਦ ਬਾਈ ਆਪਣਾ ਜੋ ਆਪ ਕਾਮ ਲੱਗੇ ਹੋਏ ਥੇ ਨਾ ਪਹਿਲੇ ਵਾਲਾ ਉਹ ਕਾਮ ਪਲੀਜ਼ ਜਾਰੀ ਰੱਖੇ ਛੋੜੇ ਬਾਕੀ ਸਾਰੀ ਬਾਤੋਂ ਕੋ ਜੋ ਆਪਕਾ ਗੁੱਸਾ ਹੈ ਵੋ ਆਪਣੀ ਜਗ੍ਹਾ ਉਸ ਪਰ ਕੰਟਰੋਲ ਕਰਨੇ ਕੀ ਕੋਸ਼ਿਸ਼ ਕਰ ਰਹੇ ਇਨਸ਼ਾਅੱਲਾ ਹੋ ਜਾਏਗਾ ਲੇਕਿਨ ਆਪ ਆਪਣਾ ਟਾਰਗੇਟ ਜੋ ਸੇ ਨਾ ਉਸਕੋ ਉਸਸੇ ਆਗੇ ਪਿੱਛੇ ਨਾ ਹੋ ਬਸ ਯੇ ਇੱਕ ਛੋਟੀ ਸੀ ਰਿਕੁਐਸਟ ਹੈ ਬਾਕੀ ਜੋ ਵੀ ਮੁਸਲਮਾਨ ਹੈ ਇਨਸ਼ਾਅੱਲਾ ਤਾਲਾ ਬਰੋਜ਼ੇ ਕਿਆਮਤ ਇਨਸ਼ਾਅੱਲਾ ਤਾਲਾ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਕੇ ਉਸਦੇ ਕੋਸਰ ਸੇ ਪਾਣੀ ਪੀਏਗਾ ਵੋ ਜੋ ਵੀ ਉਨਕੀ ਇੱਜ਼ਤ ਕੇ ਲੀਏ ਕਾਮ ਕਰਤਾ ਹੈ ਆਪਨੇ ਬਹੁਤ ਅੱਛਾ ਪਹਿਲੇ ਵੀ ਕਾਮ ਕੀਆ ਅਬ ਵੀ ਆਗੇ ਵੀ ਉਸੀ ਕਾਮ ਕੋ ਜਾਰੀ ਰੱਖੇ ਜਿਸਸੇ ਉਨਕੋ ਤਕਲੀਫ ਹੋ ਰਹੀ ਹੈ ਯੇ ਬਹੁਤ ਅੱਛੀ ਚੀਜ਼ ਹੈ ਲੇਕਿਨ ਜੋ ਮੈਨੂੰ ਗਲਤ ਬਣੀ ਨਾ ਮੂਤਰਲੇ ਸਲਵਾਰ ਨਾ ਆਪ ਉਹ ਜੋ ਪੜਤੇ ਹੈ ਉਸ ਪੇ ਹਮ ਕੰਟਰੋਲ ਕਰਨੇ ਕੀ ਪੂਰੀ ਕੋਸ਼ਿਸ਼ ਕਰੇਂਗੇ ਬਾਕੀ ਨਜਰ ਭਾਈ ਆਪ ਵੀ ਯਹਾਂ ਪਰ ਬੈਠੇ ਹੋਏ ਹੈ ਮਲਿਕ ਸਾਹਿਬ ਵੀ ਯਹਾਂ ਪਰ ਬੈਠੇ ਹੋਏ ਹੈ ਆਪ ਲੋਗੋਂ ਨੇ ਜਾ ਕੇ ਯੇ ਪੁੱਛਣਾ ਜ਼ਰੂਰ ਹੈ ਕਿ ਅਭੀ ਯੇ ਜੋ ਤਾਰਿਕ ਚੌਹਾਨ ਨੇ ਬਗੈਰਤੀ ਕੀ ਹੈ ਪੁੱਛ ਲੇਤੇ ਹੈ ਇਸਕਾ ਜਵਾਬ ਕਿਉਂ ਨਹੀਂ ਸਹੀ ਸਾਫ ਸਾਫ ਫੈਜ਼ ਭਾਈ ਯਹਾਂ ਪੇ ਨਾ ਫੈਜ਼ ਭਾਈ ਯਹਾਂ ਪੇ ਇੱਕ ਬਹੁਤ ਬੜਾ ਸਵਾਲ ਉੱਠਦਾ ਹੈ ਇੱਕ ਬੰਦਾ ਸ਼ਾਤਮੇਤ ਕਰਤਾ ਹੈ ਉਸਕੋ ਲੈਣੇ ਕੀ ਜ਼ਰੂਰਤ ਕਿਆ ਹੈ ਕਿਆ ਇਤਨੇ ਹੀ ਹਮ ਵੋ ਭੁਕੇ ਕਿਸੀ ਚੀਜ਼ ਕੇ ਕਿ ਨਹੀਂ ਜੀ ਉਸਸੇ ਡਿਬੇਟ ਜ਼ਰੂਰ ਕਰਨੀ ਹੈ ਮੈਨੇ ਤਾਰਕ ਚੌਹਾਨ ਸੇ ਉਹ ਆਪਣੀ ਲਾਈਫ ਪਰ ਇੱਕ ਦਫਾ ਬੁਲਾਇਆ ਭਾਈ ਭਾਈ ਸ਼ਾਇਦ ਮੈਂ ਆਪਕੋ ਜਿਸ ਤਰ੍ਹਾਂ ਸੇ ਉਸਨੇ ਮੈਨੂੰ ਪਤਾ ਲੱਗਿਆ ਆਪਕਾ ਸਵਾਲ ਮੈਂ ਜਵਾਬ ਦੇ ਰਹਾ ਹਾਂ ਜਿਸ ਤਰ੍ਹਾਂ ਸੇ ਉਸਨੇ ਗੁਫ਼ਤਗੂ ਕੀ ਹੈ ਨਾ ਖੁਦਾ ਕੀ ਕਸਮ ਜਬ ਨੀਚੇ ਆਤਾ ਮੈਂ ਉਸਕੋ ਗਾਲੀਆਂ ਦੇਣਾ ਸ਼ੁਰੂ ਕਰ ਦਿੱਤਾ ਨਹੀਂ ਮੈਂ ਆਪਕੋ ਜਵਾਬ ਦੇ ਰਹਾ ਹਾਂ ਕਈ ਦਫਾ ਨਾ ਕਈ ਦਫਾ ਹਮੇ ਪਤਾ ਹੁੰਦਾ ਹੈ ਕਿ ਯੇ ਲੋਗੋਂ ਕਾ ਕੁਫਰ ਹੈ ਇਨਕੇ ਯੇ ਖਿਆਲਾਤ ਹੈ ਇਨਕੇ ਯੇ ਜਜ਼ਬਾਤ ਹੈ ਇਨਕਾ ਯੇ ਹੈ ਜਬ ਹਮ ਲੋਗੋਂ ਕੋ ਬਤਾਤੇ ਹੈ ਨਾ ਤੋ ਲੋਗ ਕਹਤੇ ਹੈ ਨਹੀਂ ਵੋ ਐਸੇ ਹੈ ਨਹੀਂ ਮਿਸਾਲ ਕੇ ਤੌਰ ਪੇ ਇਸਕੀ ਮਿਸਾਲ ਆਪਕੋ ਕਸ਼ਮੀਰੀ ਜੋ ਕਿ ਸਾਫ਼ ਮੁਕਰ ਜਾਤਾ ਹੈ ਮਿਸਾਲ ਕੇ ਤੌਰ ਪੇ ਔਰ ਬਹੁਤ ਸੇ ਲੋਗ ਹੈ ਜੋ ਮੁਕਰ ਜਾਤੇ ਹੈ ਜਾਫਰੀ ਸਾਹਿਬ ਆਤੇ ਥੇ ਬਰੇਵ ਲੀਡਰ ਬੇਸ਼ੁਮਾਰ ਲੋਗ ਜੋ ਮੁਕਰ ਜਾਤੇ ਹੈ ਨਹੀਂ 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 ਯੇ ਐਸਾ ਨਹੀਂ ਹੈ ਯੇ ਐਸਾ ਨਹੀਂ ਹੈ ਯੇ ਐਸਾ ਨਹੀਂ ਹੈ ਔਰ ਬੇਸ਼ੁਮਾਰ ਲੋਗੋ ਕੇ ਮੈਂ ਆਪਕੋ ਮਿਸਾਲੇ ਦੇ ਸਕਤਾ ਹੂੰ ਉਨ ਲੋਗੋਂ ਕੋ ਸਾਬਤ ਕਰਨੇ ਕੇ ਲੀਏ ਕਿ ਭਾਈ ਯੇ ਵਾਕਈ ਹੀ ਗੰਦ ਹੈ ਔਰ ਜੋ ਦੂਸਰੇ ਕਈ ਲੋਗ ਹੈ ਜੋ ਸੁਣਨੇ ਵਾਲੇ ਹੈ ਕਈ ਦਫਾ ਐਸਾ ਕੁਫਰ ਸੁਣ ਲੈਣਾ ਪੜਤਾ ਹੈ ਲੇਕਿਨ ਜੋ ਕੋਈ ਐਸਾ ਕੁਫਰ ਬੋਲੇ ਮੈਂ ਕਹਿ ਰਹਾ ਹੂੰ ਉਸਕੋ ਉਸ ਮੌਕੇ ਕੇ ਉੱਪਰ ਉਸਕੋ ਜਵਾਬ ਦੇਣਾ ਚਾਹੀਏ ਯੇ ਨਹੀਂ ਸੋਚਣਾ ਚਾਹੀਏ ਕਿ ਯਾਰ ਅਗਰ ਮੈਨੇ ਇਸਕੋ ਇਸ ਵਕਤ ਚਪੇੜ ਮਾਰੀ ਨਾ ਇਸ ਕੁਫਰ ਕੀ ਵਜ੍ਹਾ ਸੇ ਤੋ ਯੇ ਛੋੜ ਕੇ ਚਲਾ ਜਾਏਗਾ ਉਹ ਚਲਾ ਜਾਏ ਦਫਾ ਹੋ ਉਸਕੋ ਇੱਕ ਦਫਾ ਚਪੇੜ ਪੜੇਗੀ ਉਸਕੋ ਪਤਾ ਤਾਂ ਹੋਗਾ ਅਗਲੀ ਦਫਾ ਮੈਂ ਯੇ ਬਾਤ ਕਰੂੰਗਾ ਮੇਰੇ ਮੂੰਹ ਕੇ ਉੱਪਰ ਮੁਸਲਮਾਨ ਚਪੇੜ ਮਾਰੇਗਾ ਵੋ ਤੋ ਹੀ ਨਹੀਂ ਕਰੇਗਾ ਯੇ ਮੇਰਾ ਮਕਸਦ ਹੈ ਔਰ ਕੋਈ ਨਹੀਂ ਹੈ ਮੁਝੇ ਇਸ ਪਰ ਇਤਰਾਜ਼ ਨਹੀਂ ਹੈ ਕਿ ਬਾਤ ਕਿਉਂ ਕੀ ਜਾ ਰਹੀ ਹੈ ਬਾਤ ਕੀ ਜਾਏ ਰਿਕਾਰਡ ਵੀ ਹੋ ਤਾਂ ਕਿ ਅੱਗੇ ਲੁਗਨੇ ਵਾਲੇ ਲੋਕੋ ਕੋ ਪਤਾ ਲੱਗੇ ਇਨਕੇ ਅੰਦਰ ਕਿਤਨੀ ਗੰਦ ਔਰ ਗਲਾਜ਼ਤ ਭਰੀ ਹੋਈ ਹੈ ਲੇਕਿਨ ਅਗਰ ਉਸਨੇ ਆਪਣੀ ਗੰਦ ਔਰ ਗਲਾਜ਼ਤ ਇਜ਼ਹਾਰ ਕਰ ਦੀ ਹੈ ਨਾ ਤੋ ਫਿਰ ਉਸਕੇ ਉੱਪਰ ਚਪੇੜ ਮੂੰਹ ਕੇ ਉੱਪਰ ਮਾਰ ਕੇ ਉਸਕੀ ਗੰਦ ਔਰ ਗਲਾਜ਼ਤ ਕਾ ਜਵਾਬ ਦੋ ਔਰ ਬਤਾਓ ਕਿ ਯੇ ਜੋ ਤੁਮਨੇ ਬਾਤ ਕੀ ਹੈ ਯੇ ਝੂਠੀ ਹੈ ਯੇ ਗਲਤ ਹੈ ਫੈਸਲ ਭਾਈ ਆਲ ਦਾ ਵਿਕਟਰੀ ਬਿਲੋਂਗ ਟੂ ਅੱਲਾਹ ਸੁਬਾਨਾ ਵਤਾਲਾ ਜਿਹਨੂੰ ਰੱਬ ਇੱਜ਼ਤ ਦੇਣਾ ਚਾਹੇ ਉਹਨੂੰ ਦਿੰਦਾ ਹੈ ਜਿਹਨੂੰ ਦਿਲਤ ਦੇਵੇ ਕੋਈ ਉਹਨੂੰ ਇੱਜ਼ਤ ਨਹੀਂ ਦੇ ਸਕਦਾ ਫੈਸਲ ਭਾਈ ਠੀਕ ਹੈ ਫੈਸਲ ਭਾਈ ਦੂਸਰੀ ਆਪਣੀ ਰਿਕੁਐਸਟ ਹੀ ਅਸੀਂ ਕਰ ਦਿੱਤੀ ਹੈ ਤੇ ਭਾਈ ਖੁਸ਼ ਰਹੋ ਬਾਕੀ ਇਹ ਕਿ ਥੋੜੀ ਗੌਰ ਫਿਕਰ ਕਰੋ ਸ਼ਾਹ ਭਾਈ ਤੁਸੀਂ ਜੋ ਕਹਿਣਾ ਦੂਸਰੀ ਗੱਲ ਹੈ ਫੈਸਲ ਭਾਈ ਪਤਾ ਕੀ ਹੈ ਜਬ ਇੱਕ ਬੰਦਾ ਮੈਨੇ ਆਪਣੀ ਅੱਖੋਂ ਸੇ ਦੇਖਾ ਹੈ ਫੈਸਲ ਭਾਈ ਅੱਲਾਹ ਕੀ ਕਸਮ ਉਠਾ ਕੇ ਕਹਤਾ ਹੂੰ ਮੈਂ ਜਬ ਆਪ ਲੋਗ ਨਹੀਂ ਥੇ ਇਧਰ ਜਬ ਨਾਜ਼ਰ ਕੇ ਸਾਥ ਮੇਰਾ ਹੁਆ ਥਾ ਠੀਕ ਹੈ ਮੁਨਾਜ਼ਰੇ ਕੀਏ ਯੇ ਕੀਏ ਵੋ ਕੀਏ ਜਬ ਇਨਕੇ ਸਾਥ ਮੈਨੇ ਛੋੜ ਦਿਆ ਇਨਕੇ ਸਾਥ ਨਾ ਗੁਫ਼ਤਗੂ ਕਰਨਾ ਕੁਛ ਨਹੀਂ ਕਰਨਾ ਖੁਦਾ ਕੀ ਕਸਮ ਯੇ ਇਸ ਤਰ੍ਹਾਂ ਕੀ ਮੇਰੇ ਪਾਸ ਵੀਡੀਓ ਮੌਜੂਦ ਥੀ ਮੈਨੇ ਡਿਲੀਟ ਕਰ ਦੀ ਹੋਈ ਹੈ ਇਨਕੀ ਬਰਾਡ ਪੇ ਜੋ ਵੀ ਜਾਤਾ ਥਾ ਨਾ ਇੱਕ ਤੋ ਇਨਕੇ ਪਾਸ ਟ੍ਰੈਫਿਕ ਬਿਲਕੁਲ ਖਤਮ ਹੋ ਗਈ ਥੀ ਠੀਕ ਹੈ ਔਰ ਜੋ ਵੀ ਜਾਤਾ ਥਾ ਵੋ ਗਾਲੀਆਂ ਨਿਕਾਲ ਕੇ ਆਤਾ ਥਾ ਇਨਕੋ ਔਰ ਯੇ ਖੁਦਾ ਕੀ ਕਸਮ ਉਠਾ ਕੇ ਕਹਿਤਾ ਨਾਦਰ ਕੇ ਅਲਫਾਜ਼ ਹੈ ਚਲੋ ਯਾਰ ਬਰਾਡਾ ਬੰਦ ਕਰੋ ਇੱਥੇ ਹੁਣ ਅਸੀਂ ਗਾਲਾਂ ਖਾਣੀਆਂ ਨੇ ਅੱਜ ਉਹ ਹੀ ਮਰਜ਼ਈ ਹੈ ਜਿਹੜੇ ਕਿ ਤੁਹਾਡੇ ਜਨਾਬ ਲਾਈਵਾਂ ਚਲਾਉਂਦੇ ਨੇ ਪੇ ਕੈਮਰਾ ਆਨ ਕਰਕੇ ਬੈਠੇ ਨੇ ਅਤੇ ਮੂਤਰ ਸ਼ਲਵਾਰ ਅਤੇ ਮੂਤਰ ਸ਼ਲਵਾਰ ਹੁੰਦਾ ਸੋਸ਼ਲ ਬਾਈਕਾਟ ਇੱਕ ਗੱਲ ਯਾਦ ਰੱਖਿਓ ਜੇ ਅਸੀਂ ਮੁਸਲਮਾਨ ਇੱਕ ਤਹੀਆ ਕਰ ਲਈਏ ਨਾ ਅਲੀਮ ਹੈ ਅਲੀਮ ਨੇ ਕਿਹਨੂੰ ਪ੍ਰਮੋਟ ਕੀਤਾ ਕਾਲੂ ਨੂੰ ਠੀਕ ਹੈ ਮੈਂ ਉਦੋਂ ਕੱਲ੍ਹ ਪਿਆ ਸਾਂ ਕਿ ਇਸ ਬੰਦੇ ਦਾ ਸੋਸ਼ਲ ਬਾਈਕਾਟ ਕੀਤਾ ਜਾਏ ਇਸ ਬੰਦੇ ਨੂੰ ਨਾ ਬਿਠਾਇਆ ਜਾਏ ਅੱਜ ਵੀ ਅਲੀਮ ਉਹਦੀ ਫੇਵਰ ਕਰਦਾ ਪਿਆ ਜਿੱਥੇ ਇਮਰਾਨ ਕਾਲੂ ਉੱਥੇ ਹੀ ਹੋ ਠੀਕ ਹੈ ਮੈਂ ਅੱਜ ਤੋਂ 3 ਮਹੀਨੇ ਪਹਿਲੇ ਕਿਹਾ ਸੀ ਇਹ ਬਗੈਰਤ ਦਾ ਬੱਚਾ ਹੈ ਅੱਜ ਵੀ ਉਹ ਗੁਸਤਾਹੀਆਂ ਕਰਦਾ ਹੈ ਅੱਜ ਵੀ ਉਹ ਸਾਰਿਆਂ ਦੇ ਨਾਲ ਬੰਦਾ ਹੈ ਵਾਹ ਉਹ ਵਾਹਿਦ ਐਸਾ ਬੰਦਾ ਸੀ ਉਹ ਵਾਹਿਦ ਐਸਾ ਬੰਦਾ ਸੀ ਇਮਰਾਨ ਕਾਲੂ ਜਿਹਨੂੰ ਮੈਂ ਆਪਣਾ ਵਟਸਐਪ ਦਾ ਨੰਬਰ ਦਿੱਤਾ ਸੀ ਕਿ ਸ਼ਾਇਦ ਹੋ ਸਕਦਾ ਸਾਡੀਆਂ ਗੱਲਾਂ ਦੇ ਨਾਲ ਮੁਤਫਿਕ ਹੋ ਜਾਏ ਤਾਂ ਮੁਸਲਮਾਨ ਹੋ ਜਾਏ ਲੇਕਿਨ ਜਦੋਂ ਉਹਨੇ ਗੁਸਤਾਹੀਆਂ ਕਰਨੀਆਂ ਸ਼ੁਰੂ ਕੀਤੀਆਂ ਉਹਦੀ ਸ਼ਕਲ ਕੀ ਮੈਂ ਉਹਦੀ ਆਈਡੀ ਦੇਖਣਾ ਪਸੰਦ ਨਹੀਂ ਕਰਦਾ ਉਹਦੇ ਉਹਦਾ ਉਹਦੀ ਉਹਦੇ ਉਹਦੀ ਆਵਾਜ਼ ਸੁਣਨਾ ਪਸੰਦ ਨਹੀਂ ਕਰਦਾ
ਕਿਉਂਕਿ ਉਹ ਗੁਸਤਾਹੇ ਰਸੂਲ ਹੈ ਤੇ ਅਸਾਂ ਲੋਕਾਂ ਨੇ ਇਹਨਾਂ ਨੂੰ ਖੁਦ ਹੀ ਬਜ਼ਾਤੇ ਖੁਦ ਸਿਰ ਤੇ ਚੜਾ ਕੇ ਨਾ ਤੇ ਹੁਣ ਅਸੀਂ ਲੋਕੀ ਪਛਤਾਉਂਦੇ ਹਾਂ ਪੇ ਮੇਰੀ ਮੇਰੀ ਜ਼ਾਤ 'ਤੇ ਤਾਂ ਕੋਈ ਫਰਕ ਨਹੀਂ ਪੈਣਾ ਮੈਂ ਆਪਣੀ ਹੁਜਤ ਪੂਰੀ ਪੇ ਕਰਨਾ ਵਾਂ ਅਤੇ ਨਾ ਹੀ ਮੈਂ ਇੱਥੇ ਟਿਕਟੋਕ ਦੇ ਉੱਤੇ ਬਹਿ ਕੇ ਨਾ ਅਤੇ ਕੋਈ ਇਹਨੂੰ ਕੀ ਕਹਿੰਦੇ ਨੂੰ ਕੋਈ ਤਮਾਸ਼ਾ ਲਾਉਂਦਾ ਪਿਆਵਾਂ ਠੀਕ ਹੈ ਹਵਾਲੇ ਕੱਲ੍ਹ ਵੀ ਪੜ੍ਹਦੇ ਸਾਂ ਪੇ ਇੱਕ ਹਵਾਲੇ ਅੱਜ ਵੀ ਪੜ੍ਹਦੇ ਹਾਂ ਪੇ ਜੇ ਕੋਈ ਮਰਜ਼ਾਈ ਆ ਜਾਂਦਾ ਵੇ ਉਹਨੂੰ ਇੱਜ਼ਤ ਦਿੰਦੇ ਹਾਂ ਜਿਹੜਾ ਕੋਈ ਗੁਸਤਾਖ ਨਹੀਂ ਹੈ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਬੜੇ ਪਿਆਰ ਦੇ ਨਾਲ ਅਤੇ ਬਾਕੀ ਜਿਨ੍ਹਾਂ ਗੁਸਤਾਹਾਂ ਦੇ ਨਾਲ ਤੁਸੀਂ ਮੁਨਾਜ਼ਰੇ ਕਰਦੇ ਹੋ ਉਹ ਕੱਲ੍ਹ ਵੀ ਗੁਸਤਾਖ ਸਨ ਉਹਨਾਂ ਫਿਰ ਗੁਸਤਾਹੀਆਂ ਹੀ ਕਰਨੀਆਂ ਨੇ ਬਿਲਕੁਲ ਸਹੀ ਕਹਿ ਉਹ ਜੋ ਹੈ ਨਾ ਆਪਣਾ ਇਮਰਾਨ ਕੱਲ੍ਹ ਉਹ ਤਾਂ ਸਭ ਤੋਂ ਵੱਡਾ ਗੁਸਤਾਖ ਇਸ ਟਾਈਮ ਕਾ ਸਭ ਤੋਂ ਬੜਾ ਗੁਸਤਾਖ ਹੋਈ ਨਹੀਂ ਤੋ ਕੈਸਰ ਮਲਿਕ ਸਾਹਿਬ ਆਪ ਮੈਨੂੰ ਇਹ ਬਤਾਏ ਸਭ ਤੋਂ ਪਹਿਲੇ ਮੈਨੇ ਨਹੀਂ ਉਸਕੀ ਮੁਖਾਲਫਤ ਕੀ ਥੀ ਕਿ ਜੋ ਬੰਦਾ ਉਸਕੇ ਸਾਥ ਬੈਠੇਗਾ ਮੈਨੇ ਨਹੀਂ ਉਸਕੇ ਸਾਥ ਉਸ ਮੁਸਲਮਾਨ ਕੇ ਸਾਥ ਨਹੀਂ ਬੈਠਨਾ ਬਿਲਕੁਲ ਔਰ ਆਜ ਵੀ ਵਹੀ ਹਰਕਤ ਹੈ ਤਬ ਸੇ ਲੈ ਕੇ ਆਜ ਤੱਕ ਅਬ ਤੋ ਵੋ ਖੁੱਲਾ ਖੁੱਲਾ ਕਰਤਾ ਮੈਂ ਅਭੀ ਦਿਖਾ ਦੇਤਾ ਹੂੰ ਅਭੀ ਦਿਖਾ ਦੇਤਾ ਹੂੰ ਮੈਂ ਅਬ ਤੋ ਜੰਡ ਕੀ ਲਾਈਵ ਪਰ ਅਭੀ ਦਿਖਾ ਦੇਤਾ ਹੂੰ ਰਾਜਾ ਸਾਹਿਬ ਨੇ ਕਾਲ ਦੇ ਚੁੱਕੋ ਸ਼ਾਇਦ ਭਾਈ ਆਪ ਵੋ ਕਾਲੂ ਕੋ ਕੋਈ ਵੀ ਨਹੀਂ ਬਿਠਾਤਾ ਆਪ ਕੋਈ ਨਹੀਂ ਬਿਠਾਤਾ ਜੋ ਅਲੀਮ ਦਾ ਅਲੀਮ ਹੈ ਵੋ ਮੁਨਾਫਕ ਜ਼ਰੂਰ ਹੈ ਬਿਲਕੁਲ ਸਹੀ ਹੈ ਬਾਤ ਭਾਜੀ ਇੱਥੇ ਕੋਈ ਰਿਸਟ੍ਰਿਕਸ਼ਨ ਨਹੀਂ ਲਾ ਸਕਦਾ ਸਿਰਫ ਅੰਬਲ ਹੀ ਰਿਕੁਐਸਟ ਇਹੀ ਆ ਕਿ ਮੁਕਰ ਸ਼ਲਵਾਰ ਇਹ ਬੰਦ ਹੀ ਇਹ ਬੰਦ ਹੈ ਉਦਣ ਤਲਤ ਮਲਕ ਵਾਣ ਮੈਂ ਚੁੱਕ ਕੇ ਥੱਲੇ ਮਾਰਿਆ ਔਰ ਮੈਨੂੰ ਉਦਣ ਜਿੰਨੀ ਸ਼ਾਬਾਸ਼ ਲੱਗੀ ਮੈਂ ਸਾਰੀ ਦਿਨ ਰਾਤ ਸੁੱਤਾ ਵੀ ਨਹੀਂ ਅੱਲਾ ਪਾਕ ਇੱਜ਼ਤ ਦੇਗਾ ਭਾਈ ਅੱਲਾ ਪਾਕ ਇੱਜ਼ਤ ਦੇਣ ਵਾਲਾ ਹੈ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਠੀਕ ਹੋਇਆ ਕੋਈ ਅੱਛਾ ਜੀ ਕੀ ਮੌਜੂ ਛਿੜਿਆ ਜੀ ਮੁਫਤੀ ਸਾਹਿਬ ਮੈਂ ਸ਼ਲਵਾਰ ਨਹੀਂ ਆਣਾ ਚਾਹਤਾ ਹੂੰ ਅਗਰ ਆਪ ਮਾਇੰਡ ਨਾ ਕਰੇ ਤੋ ਸ਼ਾਇਦ ਸਾਹਿਬ ਕੇ ਸਾਥ ਔਰ ਆਪ ਬੜੇ ਆਪਕੇ ਮੌਜੂਦਗੀ ਮੈਂ ਅਗਰ ਇਹ ਇਸ਼ੂ ਸੈਟਲ ਹੋ ਜਾਏ ਤਾਂ ਮੇਰੇ ਖਿਆਲ ਮੈਂ ਇਹ ਸਭ ਸੇ ਅੱਛੀ ਬਾਤ ਹੋਗੀ ਜੀ ਜੀ ਰਾਜਾ ਸਾਹਿਬ ਹੁਕਮ ਫਰਮਾਏ ਜਨਾਬ ਕੋਈ ਟੈਨਸ਼ਨ ਨਹੀਂ ਪਹਿਲੇ ਕਭੀ ਕੋਈ ਐਸੀ ਆਪਕੀ ਸਾਥ ਕੋਈ ਹਮਨੇ ਨਹੀਂ ਹੈ ਅੱਲਾ ਮਾਫ ਕਰੇ ਨਹੀਂ 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 ਮੈਂ ਮੁਝੇ ਕੋਈ ਗਿਲਾ ਵੀ ਨਹੀਂ ਹੈ ਮੈਂ ਇਹ ਕਹਿ ਰਹਾ ਹੂੰ ਦੇਖੇ ਸ਼ਾਇਦ ਸਾਹਿਬ ਭਾਈ ਹੈ ਮੈਂ ਮੇਰਾ ਜੋ ਟਿਕਟਾਕ ਆਗਾਜ਼ ਹੁਆ ਥਾ ਨਾ ਵੋ ਸ਼ਾਇਦ ਸਾਹਿਬ ਕੀ ਬਰੋਡ ਪਰ ਹੀ ਹੁਆ ਥਾ ਅੱਛਾ ਮੈਂ ਇਹ ਵੀ ਆਪਕੋ ਬਤਾਤਾ ਚਲੂੰ ਕਿ ਸ਼ਾਇਦ ਸਾਹਿਬ ਨੇ ਲੋਕੋ ਕੋ ਕਹਿ ਕਰ ਮੇਰੇ ਜੋ ਫੋਲੋਇੰਗ ਹੈ ਵੋ ਇਤਨੀ ਬੜਾਈ ਥੀ ਕਿ ਮੈਂ ਲਾਈਵ ਪਰ ਆਉਣਾ ਸ਼ੁਰੂ ਹੋ ਗਿਆ ਮਗਰ ਮੁਫਤੀ ਸਾਹਿਬ ਮੇਰਾ ਇੱਕ ਸਟਾਂਸ ਹੈ ਸ਼ਾਇਦ ਮੇਰੀ ਜੋ ਬਰਤਾਨੀਆ ਮੈਂ ਤਾਲੀਮ ਹੈ ਇਸ ਕੀ ਵਜ੍ਹਾ ਹੈ ਜਾਂ ਮੇਰਾ ਇੱਕ ਆਪਣਾ ਜ਼ਾਤੀ ਮਜ਼ਾਜ ਹੈ ਇਹ ਜੋ ਗਾਲੀ ਗਲੋਚ ਵਾਲੀ ਬਾਤ ਹੈ ਮੈਂ ਇਸ ਕੇ ਸ਼ੁਰੂ ਸੇ ਖਿਲਾਫ ਰਹਾ ਹੂੰ ਮੈਂ ਮੀਆਂ 49 ਕੀ ਬਰੋਡ ਪਰ ਗਿਆ ਵਹਾਂ ਪਰ ਜਾ ਕਰ ਮੈਂ ਇੱਕ ਹੀ ਬਾਤ ਉਨਕੋ ਕੀ ਕੇ ਦੇਖੇ ਆਏ ਹਮਾਰੇ ਸਾਥ ਡਿਬੇਟ ਕਰੇ ਅਸੈਂਬਲੀ ਕੀ ਕਾਰਵਾਈ ਵੋ ਇੱਕ ਮੇਰਾ ਮੌਜੂ ਥਾ ਉਸ ਪਰ ਮੈਨੇ ਡਿਬੇਟਸ ਵੀ ਅਰੇਂਜ ਕੀ ਮਗਰ ਨਾ ਹੋ ਸਕੀ ਵੋ ਭਾਗ ਗਏ ਇਹ ਅੱਲਾ ਦਾ ਇਸ਼ੂ ਹੈ ਬਾਤ ਇਹ ਹੈ ਮੁਫਤੀ ਸਾਹਿਬ ਕਿ ਕੁਛ ਲੋਕ ਹੈ ਹਮਾਰੇ ਜੋ ਬਹੁਤ ਹੀ ਅੱਛਾ ਕੰਮ ਜਿਨ੍ਹਾਂ ਨੇ ਕੀਆ ਜਿਨਮੇ ਆਪ ਹੈ ਯਾ ਅਮਰ ਨਜ਼ੀਰ ਸਾਹਿਬ ਹੈ ਯਾ ਵੋ ਨਈਮ ਅਵਾਨ ਹੈ ਜ਼ਿਆ ਰਸੂਲ ਹੈ ਪੀਰ ਅਸਕਾਨੀ ਹੈ ਦੇਖੇ ਹਮਾਰੇ ਜ਼ਾਤੀ ਇਖਤਲਾਫ ਤੋਂ ਇਨ ਸਭ ਸੇ ਹੋ ਸਕਤੇ ਹੈ ਮਗਰ ਆਪਣੇ ਹੀ ਬੰਦੇ ਜਬ ਸ਼ੁਰੂ ਹੋ ਜਾਂਦੇ ਹੈ ਉਨਕੇ ਨਾਮ ਉਨਕੇ ਫੋਟੋ ਉਨਕੇ ਮਾਂ ਬਹਿਨ ਕਾਫਰ ਕੰਜਰ ਖਨਜ਼ੀਰ ਲਿਖ ਕਰ ਯੇ ਹਮ ਕਿਆ ਮੈਸੇਜ ਦੇ ਰਹੇ ਹੈ ਮੁਖਾਲਫੀਨ ਕੋ ਯਾ ਜਿਨਕੇ ਖਿਲਾਫ ਹਮ ਕਾਮ ਕਰ ਰਹੇ ਹੈ ਇਹ ਦੇਖੇ ਜੀ ਇਨਕਾ ਇਤਰਾਜ਼ ਜੋ ਹੈ ਮੈਂ ਸੁਣਤਾ ਰਹਤਾ ਹੂੰ ਵੋ ਯਹੀ ਹੈ ਜੀ ਕਿ ਵੋ ਜਬ ਬੈਠੇ ਹੋਤੇ ਹੈ ਆਪਸੇ ਡਿਬੇਟੇ ਕਰਤੇ ਹੈ ਤੋ ਆਪਕੇ ਸਾਹਮਣੇ ਵੋ ਮੁਤਰ ਸ਼ਲਵਾਰ ਪੜਤੇ ਹੈ
دیکھیں مفتی صاحب، میں نے کل ایک عالم دین کے ساتھ اس موضوع پر بات کی ہے، انہوں نے مجھے کہا کہ دیکھیں جی، اگر آپ ان کے ساتھ نہیں بیٹھیں گے، وہ کفر میں ہیں، اگر آپ تبلیغ کر رہے ہیں اس نیت سے کہ ان کو کفر سے نکالا جائے یا ان کو ایکسپوز کیا جائے کہ وہ ان کی جو بات ہے، دیکھیں اصل جو حوالات ہیں، جو اصل جو مسائل ہیں وہ یہ ہیں۔ صاحب معذرت نہ کون انٹرپٹ کر رہے ہیں، ہدایت من جانب اللہ کہ مفتی صاحب دین گئے ہدایت انہوں نے؟ نہیں میں اپنا موقف رکھا رہا ہوں مفتی صاحب کے سامنے، میں کوئی ان کو ہدایت نہیں دے رہا۔ پھر مفتی صاحب میں انہاں دی گل کر رہا ہوں، جنہاں دی تسی فتوا لے کے آئے ہو نا، میں انہاں دی گل کر رہا ہوں۔ مفتی صاحب میری گل چ نہ بولو تسی پلیز، بہت شکریہ۔ سر جی میں بول لیا تے میں کیڑا کوئی گناہ کر لیا ہے؟ نہیں گناہ کر رہے ہو تسی، انٹرپٹ کر رہا ہوں، میں حق دی گل کر رہا ہوں۔ میں خان بھائی میں حق دی گل کر رہا ہوں۔ نہیں حق دی گل میرے تو بعد کر سکدے ہو تسی، ضرور میں انہاں نوں کمپلیٹ کر لین دو، گجر بھائی انہاں نوں کمپلیٹ کر لو۔ کمپلیٹ کیوں نہیں کرن دے رہے؟ کی وجہ کہ جلدی کیا تانوں؟ پلیز شکریہ تہاڈا۔ تو مفتی صاحب میرا جو میں آپ کو اپنے وہ جو میرے بات علم میں ہے میں وہ آپ کے سامنے رکھ رہا ہوں، میں آپ کو کچھ نہیں کہہ رہا، کوئی ہدایت نہیں۔ مفتی صاحب کو کون ہدایت دے سکتا ہے؟ مفتی صاحب کے لیے ہدایت لیں گے مفتی صاحب سے، اگر ہو سکے تو مفتی صاحب کی مہربانی ہو۔ بات یہ ہے کہ مفتی صاحب مجھے دیکھ، اگر آپ آج یہ فتویٰ دے دیں یہاں پر بیٹھ کر کہ ان یہ جو کام کر رہے ہیں کافر خنزیر اپنے مسلمانوں کو لکھ کر ان کے فوٹوؤں کے اوپر، تو ٹھیک ہے میں بھی ان کے ساتھ بیٹھ کر یہی لکھوں گا پھر۔ تو پلیز مفتی صاحب کو ہماری رہنمائی فرمایا جی۔ راجا صاحب جزاک اللہ، اصل میں بات یہ ہے کہ لدے قادیانیت کے موضوع کے اوپر بہت سے دوست ٹک ٹاک پر، یوٹیوب پر، فیس بک پر اور سوشل میڈیا کے دیگر پلیٹ فارمز کے اوپر کام کر رہے ہیں، تو دیکھنے میں یہ آیا ہے کہ ہر ایک کا طریقہ کار انداز الگ الگ ہے، طریقہ کار الگ الگ ہے، لیکن وہ مشن ایک ہی ہے سب کا کہ بھائی قادیانیوں کا رد کیا جائے، کہ جو ان لوگوں نے اسلام کا لبادہ اوڑھ کے اپنے آپ کو لوگوں کو کہتے ہیں جی ہم مسلمان ہیں۔ اچھا اب طریقہ کار کے اوپر اگر بات کی جائے نا، تو طریقہ کار بظاہر ہمیں نظر آ رہا ہوتا ہے کہ یہ سیاہ ہے لیکن وہ ہوتا سفید ہے، بسا اوقات ہمیں نظر آ رہا ہوتا ہے کہ یہ سفید ہے ہوتا سیاہ ہے۔ یعنی اب طریقہ کار کے اوپر میں بات کر رہا ہوں کہ کئی ڈائریکٹ آ کے مرزا قادیانی کو گالی نکال دیتے ہیں، لیکن وہ گالی نکال کے رد کر رہی ہوتی ہیں، اور ہمیں یہ بڑا اچھا محسوس ہوتا ہے جن کو گالیاں پسند ہوتی ہیں وہ کہتے ہیں واہ واہ بلے بلے، یہ نا یہ صحیح نا مرزا قادیانی کی منجی ٹھوکر ہے۔ اب جس طریقے سے آپ ہیں کہ آپ کو گالی پسند نہیں ہے، تو یہ بہت تو بڑا طبقہ ہے کہ جن کو گالی پسند نہیں ہے، تو ایسے لوگوں کے لیے پھر ایسے مبلغین ہونے چاہیے کہ جو شستہ گفتگو کرنے والے ہوں، وہ پیار محبت والی بات کرنے والے ہوں، تاکہ وہ آپ جیسے یا آپ جیسی فطرت کے دیگر جو کمیونٹی یا مسلمانوں کی، ان تک اپنی بات پہنچا سکیں یا ان کے دلوں کے اندر گر کر سکیں۔ تو اب ہمارے مبلغین میں سے ہر قسم کے لوگ ہیں، سخت گفتگو کرنے والے بھی ہیں، علمی گفتگو کرنے والے بھی ہیں، تو ہر قسم کا آپ کو یہاں پر طبقہ ملے گا۔ علماء بھی موجود ہیں، عوام بھی موجود ہیں، علماء علمی طور پہ رد کر رہے ہیں، اب علماء کے اندر بھی کیٹاگری ہو گئی ہیں، علماء کے اندر بھی کئیوں نے اپنا سخت مزاج بنا لیا ہے، کئیوں کا بڑا ہی سست ہے، جیسے آپ مجھے دیکھ سکتے ہیں کہ میں گفتگو کروں گا تو میں تھوڑی سی سختی ہے میری گفتگو کے اندر، ہوں میں عالم دین لیکن سختی ہے۔ اب سید ظفر اللہ شاہ صاحب ہیں، وہ بھی عالم دین ہیں لیکن وہ انتہائی نرمی کے قائل ہیں اور نرم گفتگو کرتے ہیں۔ عوام کے اندر بھی دیکھ لیں تو عوام کے اندر بھی کچھ سخت مزاج ہیں، کچھ نرم مزاج ہیں، جیسے یہ دیکھیں شاہد بھائی ہیں، اور ادھر دوسری سائڈ پہ کر لیں عامر نذیر بھائی ہیں بالفرض،
ہیں تو یہ عوام سے تعلق رکھتے ہیں، عالم دین تو نہیں ہیں دونوں۔ تو اب شاہد بھائی کا مزاج اپنا ہے، یہ بسا اوقات کبھی کبھی کوئی گالی سے بھی کام لے لیتے ہیں۔ اب عامر نذیر بھائی، ان سے میں نے کبھی گالی سنی تو نہیں ہے، اب وہ ان کا اپنا ایک سٹائل ہے گفتگو کرنے کا۔ تو یہ میں نے علماء کے طبقہ جات اور عوام کے طبقہ جات پر ایک جرنلی سی ایک روشنی ڈالی ہے، تو اس کے اوپر آپ قیاس کر سکتے ہیں۔ اب ہو یہ رہا ہے کہ جو ردے قادیانیت پہ کام کر رہے ہیں نا، ان کے آگے مزید پھر گروہ بن چکی ہیں، یا گروہ کہہ لیں، گروپ کہہ لیں، جتھا کہہ لیں، سمجھ آئی کہ نہیں، یا یوں کہہ سکتے ہیں براڈ، یعنی ایک براڈ ایک گروپ، ایک براڈ ایک گروپ، تو یہ کہہ سکتے ہیں، نام کوئی سا بھی رکھ لیں۔ تو اب دیکھنے میں یہ آ رہا ہے کہ ہمارے دوست نا وہ یعنی میں اب اپنے الفاظ کو، میرے لفظ غلط ہو سکتے ہیں بھائی، کیونکہ مجھے خیال نہیں رہتا کہ لفظوں کو ترتیب کیسے دینا ہے، کون سے مقام پہ کون سا لفظ بولنا ہے، تو لفظ اوپر نیچے ہو جائے تو میں اس کی معذرت چاہتا ہوں۔ تو یہ ہے کہ ہمارے کئی پھر دوست ہیں کہ وہ دوسرے کا کام ان کو پسند نہیں آتا، وہ کہتے ہیں نہیں یہ جو کر رہا ہے یہ ٹھیک نہیں کر رہا، میں جو کر رہا ہوں میں ٹھیک کر رہا ہوں۔ اچھا وہی جو بندہ یہ کہہ رہا ہوتا ہے کہ میں ٹھیک کر رہا ہوں، اور جس کے بارے میں وہ کہہ رہا تھا یہ ٹھیک نہیں کر رہا، تو اس سے جا کے جب پوچھتے ہیں تو وہ کہتا ہے کہ نہیں یہ پہلے والا ٹھیک نہیں کر رہا، میں جو کر رہا ہوں میں ٹھیک کر رہا ہوں۔ اب رولا یہاں پہ پڑ گیا ہے، حالانکہ کام دونوں ٹھیک کر رہے ہیں، بس طریقے کار کا فرق تھا، طریقے کار کا فرق تھا، کام دونوں ٹھیک کر رہے ہیں، مشن دونوں کا ایک، دونوں للہیت کام کر رہے ہیں، لیکن اصل میں بس وہ ایک غلط فہمی سی ہو گئی کہ نہیں فلاں جو کام کر رہا ہے یہ ٹھیک نہیں کر رہا، تو ہم جو کر رہے ہیں یہ ٹھیک کر رہے ہیں۔ تو بس بیچ میں یہ نا، اس کو انانیت کہہ لیں، انا کہ میں، کہ میں جو ہوں میں ٹھیک ہوں، میں رائٹ ہوں، آئی ایم رائٹ، اور اوکے یہ انگلش میری کمزور ہے بھائی، تے میں ٹھیک ہوں تو دوسرا غلط ہے، نہ یہ کام بیچ میں سے نکال دیں، مہربانی کریں سارے دوست ہی، مجموعی طور پہ میں عرض کر رہا ہوں، بس ہر ایک کو عزت دیں، پیار دیں۔ غلطیاں یار دیکھو، غلطی کون نہیں کرتا یار، اگر یہ سارے نبی نہ بن جائیں، اگر یہ غلطیاں نہ ہوں تو یہ نبی بن جائیں، پھر غلطیوں سے مابرا تو نبی ہوتا ہے، تو کیا آپ ان کو نبی سمجھتے ہیں اپنے دوسرے بھائیوں کو، کہ یہ نبی ہیں، ان کے اندر تو غلطی کی گنجائش ہے ہی نہیں، یہ غلطی کر ہی نہیں سکتے۔ بھائی ٹھیک ہے، ایک تو بھائی آپ دوسرے کی جو غلطی نکال رہے، ہو سکتا وہ غلطی نہ ہو، وہ تو آپ کے اپنے تئیں وہ غلطی ہے نا، تو وہ ہو سکتا وہ غلطی نہ ہو۔ اچھا ایک بات اور بھی ہے، یہ بڑی معذرت کے ساتھ بھائی، دیکھیں اپنے اندر یہ صفت آپ پیدا کریں حق گوئی کی، چاہے آپ کا باپ ہی آپ کے سامنے کیوں نہیں ہے، آپ کے ابو جان بھی اگر کوئی غلطی کریں ان کو روک دیں، یہ اپنے اندر جرت تمام دوست پیدا کریں، سچ کو سچ کہنا ہے، بد کو بد کہنا ہے، تو یہ خودداری آپ کے اندر ہونی چاہیے، حق گوئی ہونی چاہیے۔ آپ کا بڑا دوست ہے، بلکہ ایک ماں سے رضائی بھائی کیوں نہیں ہے، باپ لگ لگ گئے، ایک ماں سے دودھ ہی کیوں نہیں پیا، اب اس سے رضائی بھائی سے بڑی دوستی تو نہیں ہو سکتی، اگر غلطی اس کے اندر بھی ہے پھر بھی کہیں بھائی کی غلطی ہی ہے، یہ غلط ہے، اس کام میں میں تیرے ساتھ نہیں ہوں۔ تو ہمارے دوست پتہ کیا کرتے ہیں، اس کا نا دوسرے دوست اس کی ہاں میں ہاں ملاتے ہیں، اب وہ جو بندہ غلطی کر رہا ہوتا ہے نا وہ پھول جاتا ہے، وہ کہتا ہے میرے ساتھ میرے ہم نوا پیدا ہو گئے ہیں تین چار،
तो आप मेरी हाँ में हाँ मिला रहे हैं, बस ठीक है नप के रखो मैं ठीक कर रहा हूँ, ये मामला चल रहे हैं जी राजा साहब। जी राजा साहब। अच्छा मुफ्ती साहब, राजा साहब मैं माफ़ी चाहता हूँ बीच में इंटरप्ट कर रहा हूँ, मैं एक क्वेश्चन करूँगा यहाँ पर दोनों से, राजा साहब से भी। अच्छा ये है कि खान साहब नाम नहीं किसी का लेना, हम जनरली कोई नाम नहीं कोई किसी का पर्सनल क्वेश्चन नहीं है शाहजी, कोई का पर्सनल क्वेश्चन नहीं है, मैं बात करने लगा हूँ आका करीम अहमद मुजतबा मोहम्मद मुस्तफ़ा सल्लल्लाहु अलैहि वसल्लम, मैं किसी की ज़ात पे बात नहीं कर रहा, मैं अपने आका करीम के बारे में बात करने लगा हूँ। मेरे आका करीम सल्लल्लाहु अलैहि वसल्लम के ज़माने में एक शख्स ने दावा नबूवत किया जिसको तारीख में मुस्लिमा कज़्ज़ाब के नाम से जाना गया। मेरा क्वेश्चन शॉर्ट एंड सिंपल ये है कि क्या नबी पाक सल्लल्लाहु अलैहि वाले वसल्लम के सामने जब उसका दावा आया तो क्या आका करीम ने उसके साथ कोई डिबेट की, क्या उससे कहा कि आए हम लोग कुरान से जो ना वो बैठकर बात करते हैं, कुरान व हदीस से बात करेंगे, या फिर डायरेक्ट उसको कह दिया कि तू कज़ाब है झूठा है लानती है बात ख़त्म। सिर्फ ये क्वेश्चन है मेरा कि क्या उससे कोई डिबेट हुई, क्या उससे बैठकर कोई मुनाजरे हुए किसी झूठे या कज़ाब के साथ, या उसको डायरेक्ट कह दिया गया कि तू काफर है तुम लानती है और तुम दज्जाल है ख़त्म बात। जी जज़ाकअल्लाह जी। अच्छा जी, अच्छा बहरहाल ये मौजू से हटके है गुफ्तगू खान साहब की, लेकिन चलो बहरहाल मैं इसका जवाब दे देता हूँ। अब जवाब जो है किसी को अगर समझ ना आए या जो कबूल नहीं करना चाहता वो उसकी अपनी खुशी है, तो मुजीब साहिल ने सवाल किया, मुजीब ने जवाब दिया, बस बात ख़त्म है। अब जवाब जो होता है कई लोग चाहते हैं हमारी मर्जी का जवाब होना चाहिए, सवाल अगर हमने किया ना तो जवाब आगे से हमारी मर्जी का हमें चाहिए, तो ऐसा तो नहीं ना हो सकता, हकायक तो नहीं बदल सकते ना भाई। बिल फर्ज मैं मुखातब को या साहिल को राजी करने के लिए उसका मनपसंद जवाब दे दूँ, वक्ती तौर पर तो वो राजी हो जाएगा एक बंदा, लेकिन हकायक तो नहीं ना बदलेंगे, हकायक तो ऐसे कैसे ही रहने हैं। जहाँ तक बात यह है कि नबी आलम सल्लल्लाहु अलैहि वसल्लम ने मुसलमा कज़ाब से कोई मुकालमा नहीं किया, डिबेट नहीं की, तो ये गलत बात है। मुस्लिम शरीफ की हदीस और दीगर अहादीस के अंदर नबी आलम सल्लल्लाहु अलैहि वसल्लम का मुकालमा मुसलमा के साथ मौजूद है, हजूर ने गुफ्तगू फरमाई है। अब इसी मुकालमे को इंग्लिश के अंदर डिबेट कहते हैं, यानी गुफ्तगू करना आपस में, मुनाजरा भी कहते हैं, मुख्तलिफ इसके नाम है, समझ आई कि नहीं। वो अलग बात है कि मुनाजरे के बाद में असूल वजा किए गए, ठीक है, वो उसूल मुनाजरा के ऊपर किताबें लिखी गई, वो बात की बात है, लेकिन मुकालमा या डिबेट जो है ना जिसको कहते हैं वो तो मौजूद है, हजूर अलैहि सलातो सलाम ने उससे गुफ्तगू की है, समझ आई, मुकालमा की है। अच्छा मुकालमा करना तो किसी आलमे दीन ने मना नहीं किया, आज तक नहीं किया, हमारे बाज़ दोस्तों ने ये अपने जेहन में शायद बैठा ली है कोई बात कि मुद यानि नबूवत से बात करना ये जी गुनाह है कुफर है हराम है, हालांकि ऐसा है ही नहीं। वो असल में एक फतवा है इमाम आज़म अबू नीफा का रहमतुल्लाही ताला अलैह, वो कोई हदीस नहीं फतवा है, उनका कौल है, फतवा कौल कुछ भी कह सकती हैं आप। वो ये है कि जिसने मुद्दिये नबूवत से उसके नबूवत को सच जानते हुए दलील तलब की कि सच्चा तो मैं तुझे जानता हूं लेकिन इसकी कोई दलील मुझे ला के दे, तो उससे वो दलील तलब करना कुफर है। वो ये है असल में, लोगों ने उसको कुछ का कुछ बना दिए। अब अल्लाह हज़रत इमाम अहमद रज़ा खान फाजले बरेलवी और देवबंद के बड़े बड़े उलमाए कराम, अगर हवाले कहेंगे तो मैं हवाले दे दूंगा, बड़े बड़े साबका हमारे उलमाए कराम के फतावा जात मौजूद हैं इसके ऊपर, फरमाया कि अगर मुद्दिये नबूवत को झूठा जानते हुए और उसको जेर करने के लिए के लोगों के सामने ये जलील हो, कोई अगर दलील तलब करता है, हत्ता के मौजजा तक कोई तलब करता है कि तू अपना कोई मौजजा मुझे दिखा ताकि पता चले कि तू अपने दावे के अंदर कितनी तेरी सदाकत है, हालांकि उसकी नीयत ये है कि मैं इसको जलील करना चाहता हूँ, ये इसने ये काम कर ही नहीं सकना, कहा ये बिल्कुल जायज़ है, मुस्तहसन है।
تو بات یہ ہے کہ بات کی اصل حقیقت کچھ اور ہوتی ہے، وہ عوام کے جب ہتھے وہ چیز چڑھتی ہے نا ایک علمی چیز، وہ کچھ کا کچھ رنگ اختیار کر جاتی ہے، تو ایسا نہ کیا کرے، کوئی کم از کم بات کی تہ تک پہنچے۔ نبی عالم صلی اللہ علیہ وسلم کی ایک حدیث ہے، مسلم شریف کے مقدمے کے اندر موجود ہے، حضور صلی اللہ علیہ وسلم نے فرمایا کسی انسان کے جھوٹا ہونے کے لیے اتنا ہی کافی ہے کہ وہ ہر سنی سنائی بات کو آگے پیش کر دے۔ تو بھائی کیوں مطلب کذابوں کے فہرست میں ہم آنا چاہ رہے ہیں، جھوٹوں کی فہرست میں شامل ہونا چاہ رہے ہیں، تحقیق ہی نہیں کرتے، بات کی تہ تک پہنچے۔ ہاں نہیں تو ایسے کوئی بات آگے پھیلانا، اس کے اوپر پھر آگے اس کو طول دینا، تو یہ بھی ایک غیر مناسب ہے۔ بہرحال میں نے ایک جرنلی سی گفتگو کر دی ہے، مزید کوئی بات کرنی ہے تو کر لیں۔ جی شاہ جی، میں راجہ جوید صاحب سے بات کرنا چاہ رہا ہوں۔ راجہ جوید بھائی، ایسا کہ میرا انٹرپٹ کرنے کا کوئی مقصد نہیں تھا، صرف ایک بات تھی کہ اللہ پاک کا جو حکم ہے نا، جو قرآن میں ہے، کہ جس پہ دلوں پہ میں نے مور لگا دی اس کو ہدایت نہیں ملی۔ آپ کو بہتر معلوم ہوگا یار، مجھے بھول جانی ہے گجر، ایک منٹ یار، معذرت بھائی۔ نہیں، اچھا پتا ہے کیا، دیکھیں اگر یہ مکالمات یا مباحثات نہ ہوتے تو یہ دنیا کی کوئی کتاب بھی نہ ہوتی۔ آپ کو پتہ ہے یہ جتنی بھی کتابیں لکھی گئی ہیں، قرآن کی تفسیریں ہیں یا حدیث کی شروحات ہیں یا فقہ کی کتب ہیں یا جتنی بھی اسلامی کتب ہیں، یہ سب مکالمات ہی ہیں، یہ ڈیبیٹس ہی ہیں کہ ہمارے علماء متقدمین نے مخالفین اسلام کے سوالوں کے اعتراضات کے جوابات دیے ہیں۔ اور اگر یہ بیچ میں سے نکال دیا جائے جی، ڈیبیٹ نہیں کرنی، ڈیبیٹ نہیں کرنی، تو بھائی پھر تو آپ کے سابقہ سب علماء کا وہ کام جو ہے نا وہ تو گیا باڑ میں، حالانکہ اس کی کوئی حقیقت ہی نہیں ہے۔ بھائی یہ مکالمات جس کا نام آپ لوگوں نے ڈیبیٹ یا مناظرہ رکھ لیا ہوا ہے، یہ تو قیامت تک جاری ہے، اور حضرت حتیٰ کہ یہ مکالمہ خود میرے اللہ کی سنت ہے۔ اللہ نے مکالمہ کیا، انی جائل فی الارض خلیفہ، فرشتوں کے ساتھ مکالمہ ہوا، ڈیبیٹ ہوئی، فرشتوں نے آگے کہا کیا تو اس کو بنائے گا کہ جو خون ریزیاں کرے گا، خون بہائے گا جا کے، اللہ نے کہا جو میں جانتا ہوں وہ تم نہیں جانتے۔ یہ مکالمہ موجود ہے، ڈیبیٹ موجود ہے، سب سے دنیا کی پہلی ڈیبیٹ، کائنات کی پہلی ڈیبیٹ اللہ کی فرشتوں کے ساتھ موجود ہے۔ تو بھائی یہ ڈیبیٹ تو چلتی رہنی ہے، قیامت تک چلتی رہنی ہے، ہاں حتیٰ کہ یہ ڈیبیٹ جو ہے نا، یہ اختتام بھی ہماری کائنات کا ڈیبیٹ کے اوپر ہی ہونا ہے۔ جب یوم جزا ہوگا، حشر لگا ہوگا، ایک مجرم سامنے موجود ہوگا، اللہ کے ساتھ ڈیبیٹ ہوگی، اللہ اس کے ساتھ ڈیبیٹ کرے گا، میرے بندے یہ تو نے گناہ کیا، وہ آگے ہاں کہے گا یا نہ کہے گا، پھر اس کے ہاتھ بول کے گواہی دیں گے، دلائل دیے، اللہ دلائل دے گا کہ تو جس کا انکار کر رہا ہے، منہوں کے اوپر پٹی بند جائے گی، منہ بند ہو جائیں گے، ہاتھ بولیں گے، پاؤں بولیں گے، اب اللہ جو ہے نا دلیل پیش کرے گا۔ تو آپ کی کائنات کی ابتدا بھی ڈیبیٹ سے، انتہا بھی ڈیبیٹ سے، اور پوری کائنات ڈیبیٹ کے اوپر چل رہی ہے۔ وما علینا الا البلاغ، میں نے بات کر لی ہے، اب آگے بات کر۔ اچھا مفتی صاحب، میں یہاں پہ بات کروں گا، ڈبیٹ سے میں نے کبھی کسی کو منع نہیں کیا، ٹھیک ہے، لیکن اگر کوئی شخص، میری آواز آ رہی ہے؟ ڈبیٹ سے میں نے کبھی کسی کو منع نہیں کیا، ٹھیک ہے، میں بھی یہاں پہ لوگوں مرضیوں سے ہی کرتا ہوں۔ معذرت، اب آپ اپنے اوپر بات نہ لائیں، یہاں جرنلی بات ہو رہی ہے، ایک جرنلی سوال، میں آپ کو بتانے لگا نا، جب بات اسلام کی آئے گی تو میں آپ سے پوچھنا چاہتا ہوں، آپ سے کچھ سوالات پوچھنا چاہتا ہوں، آپ اپنے اوپر لے کے نہ جائیں۔ نہیں، میں مفتی صاحب اپنے عقائد رکھ رہا ہوں آپ کے سامنے، ٹھیک ہے، اور دوسروں کے عقائد بھی رکھوں گا، تو اس کو آپ نے چیک کرنا ذرا پلیز۔ بات ہو رہی ہے مناظرے کی، میں نے آج تک کسی کو یہ نہیں کہا کہ آپ مناظرے نہیں کریں، ٹھیک ہے، میرا ایک اصول ہے کہ جو بندہ جب بھی کوئی مرضی آئے گا، میں پہلے اس کو دیکھوں گا کہ کیا اس نے انٹرنیٹ پہ کوئی گستاہی میں انوالو تو نہیں ہے،
ठीक है, जैसे ये इमरान कालू हो गया फेवरेट 49, डॉक्टर जकरिया और ये जितने भी चूड़े चुमाड़ अभी जो टिकटॉक पे बैठे हुए हैं, मैं इनसे डिबेट नहीं करता। क्यों नहीं करता? क्योंकि इन्होंने ये सब के सब गुस्ताख हैं, क्योंकि मुझे पता है कि जब इनसे मैं बात करूंगा ये गुस्ताही करेंगे। और इसमें मैं अपने आप को समझता हूं कि इस्लाम की अगर ये गुस्ताही करेंगे, आकाए-ए-दो जहान हज़रत मोहम्मद सल्लल्लाहु अलैहि वसल्लम की गुस्ताही करेंगे, उसमें मैं इन्वॉल्व हूं, मेरी लाइव इन्वॉल्व है, मैं इनको मौका फराहम कर रहा हूं। अपनी लाइवों पे जो करते हैं आई डोंट केयर अबाउट इट, ठीक है। और दूसरी बात, जब एक दुश्मन, वो भी दुश्मन कौन सा दुश्मन, नमूसे रसालत पे जिसने डाका डालने की कोशिश की, उनके साथ मैं इतनी मियाना रवि से बात करूंगा कि जैसे कि अस्सलाम वालेकुम जनाब की हाल है, मैं आज तक किसी मर्ज़ी ना सलाम ले ही नहीं है, मैं नहीं ली। लेकिन साढ़े माशाल्लाह मुसलमान जो उन्होंने मिलते ने इंज मिलते ने कि जिवें उन्होंने कोई रिश्तेदारी होनी है, इंज फ्रेंडली मिलते ने कि जिवें उनकी कहने ने जनाब तुसी बड़े ही बिछड़े दे दोस्त हो, फ्रेंडली टॉक हो रही है, दुश्मन से फ्रेंडली टॉक नहीं होती। मुफ्ती साहब मेरे पास इतनी ढेर सारी वीडियोज़ है ना, मैं आज से 6 महीने पहले वीडियो डाली हुई है, मेरी प्रोफाइल जाके चेक कर ले, इनको बताया है कि प्लीज़ फॉर गॉड सेक इनको अपने सर पे मत चढ़ाएं, ये नाचेंगे आपके सर पे। मैंने मुफ्ती साहब तीन मनाजरे एक माह में करवाए हैं, यहाँ पर हर एक घंटे के बाद मनाजरा हो रहा है, और वो भी उन गुस्ताहों के साथ, एक मर्ज़ई काना लानती दज्जाल गुस्ताही कर रहा है अपनी लाइफ पे बैठ के, और वही खोते का बच्चा अपने मुसलमानों के ब्राड पे आके जस्टिफिकेशन दे रहा है, और आगे से अपने मुसलमान माफिया मांग रहे हैं कि प्लीज सानू माफ कर दे, सुलह कर लो। मुफ्ती साहब ये रद्दे कादियानियत नहीं है, ये मर्ज़ियत नवाजी है, ये स्लो पॉइजन दिता जा रहा है मुसलमानों नू कि इन्हां ना प्यार मोहब्बत ना रवो। ये कह रहे हो ना, मैं वीडियो एक सेकंड यार राजपूत साहब, वन सेकंड यार प्लीज राजपूत साहब, वन सेकंड लेट मी फिनिश। ये कह रहे हो तो मैं प्रूफ दे देना वहां कि जिन जो मर्ज़ियत नवाजी हो रही है ना मुफ्ती साहब, आज तो 6 महीने पहले मैं जिन्हें मुनाजरे किए ने ला इलाहा इल्लल्लाह मुहम्मद रसूलुल्लाह, किसे मर्ज़ई ने मुझे ये कहने की जरूरत नहीं पई कि तो नादर जिहा बंदा मूत्र शलवार नहीं सी कहता, अज भैन चुन हर एक चूड़ा चुमाड़ आके तुहाडे मुँह दे उत्ते पैगा नौज़ बिल्लाह सलातो सलाम पढ़दा पिया। ऐसी कोई मुसलमानों के बेगैरती रच गई थी कि मर्ज़ई नाल नहीं बहेगा तो टट्टी नहीं खत्म होनी। सुनो हूँ गुस्ताहियाँ सुनी हूँ सारे चुप करके, मैं अपने अपनी जात वास्ते नहीं पै कलपता, मैं अपने जाती मफादात नहीं है, ऐसे कोई मसलक का मसला नहीं है। मुफ्ती साहब एक मुसलमान होने के नाते जेड़ा मुनाफकत करेगा मेरा सक्का प्यो क्यों नहीं है, इस्लाम की खातर कोई भी गलत गल करेगा मैं वह मूँह तोड़ागा। तुसी उत्थे बह के एक कंजर दा बच्चा गुस्ताही रसूल करदा पे ते तुसी जिप लाई दी है इस वास्ते कि थले ना उतर जावो, जां ते कहो ना तुहाडे नाल वाकियात नहीं गुजरे दे। मैनू गालीबाज कहा जांदा जो तुहाडी गुस्ताही रसूल हुंदी है उदों चुप करके बह जांदे हो, जदों तुहाडियां मावां भैणां पुणियां जांदियां उदों शाहिद दी लाइफ ते आ जांदे हो, टंगो उस बूई नूं टंगो इहनूं टंगो उहनूं, उदों गालीबाज याद नहीं आंदा। डबल गेम नहीं चलनी मुफ्ती साहब, इस्लाम दे विच इक दायरा है, उस दायरे दे विच जिहड़ा रहेगा उही इस्लाम दा सही हकदार है, उही नमूसे रसालत ते पहरा देंदा पिया, ते जिहड़ा नहीं रहेगा ये मामे पुणी मामे पुपी दा गेम खेडेगा। इहनू कहिंदे ने मुनाफकत, इहनू कहिंदे ने मर्ज़ियत नवाजी, ते जिहड़े अजकल दे आलमे दीन ने उहनां दीआं गुस्ताहियां वी सुनाना तुहानू। सलाम की बात की है कि सलाम लेते हैं, तो सलाम लेने में कोई हर्ज तो नहीं है। वैसे अल्लाह पाक खुद फरमाता है जब जाहिलों से तुम मिलो तो कालू सलामा उनको सलाम कहो, ठीक है। मैं कोशिश करता हूं कि मैं जो बात करूंगा मैं कुरान या हदीस से उसका हवाला दूं। अगली बात यह है कि फ्रेंडली गुफ्तगू, तो कुरान के अंदर खुद आता है कि अच्छे तरीके से समझाओ,
ان کو اچھے طریقے سے سمجھاؤ. خود قرآن کہہ رہا ہے, حالانکہ ہم جو, میں آپ کو صحیح بتا رہا ہوں کہ جو گالی گلوچ سے باتیں کرتے ہیں وہ پھر قرآن کے حکم پہ عمل نہیں کر رہے. ہاں یہ سچ ہے, حکم ہی یہ ہے کہ اچھے طریقے سے سمجھاؤ چاہے کوئی بھی ہو. تو یہ فرینڈلی گفتگو جس کا نام آپ نے رکھ لیا, یہ تو خود قرآن کا حکم ہے کہ یہ کام کرنا ہے, ایسے کرنا ہے. اگلی بات کہ میں نے ان کو کہا تھا کہ ان کو سر پہ مت چڑھاؤ, یہ چڑھ جائیں گے. یار بس وہی بات آ گئی نا بیچ میں کہ ہم کہتے ہیں کہ جو ہم چاہتے ہیں نا وہ کیوں نہیں ہوتا. مطلب یہ ہے کہ ہم نے کچھ معیار بنا لیے ہوئے ہیں, ہم چاہتے ہیں کہ کل دنیا یہی ہے, بس بس ہماری بات کیوں نہیں مانی گئی. ہماری بات مانی جانی چاہیے تھی, ہم نے ایک بات کہہ دی ہے, ہماری بات بس یس سر ہونا چاہیے, آگے سے جواب ملنا چاہیے یس سر, نو والا تو چکر ہی کوئی نہیں نا. جس نے نو سر کہا تو ٹنگ دینا اسی, بس وہ تصویر لواں گے, انہوں یہ کران گے وہ کران گے. نہیں انج نہیں بھائی, انج نہیں, انج نہیں. پھر جی یہ مرضیت نوادی, اور نہیں یہ مرضیت نوادی نہیں ہے. پھر تو یار ہمارے ہزاروں علماء کرام جو ہزاروں کتابیں لکھی گئی ہیں اور وہ ساری آپ جناب کہہ کے مرزا قادیانی کو مخاطب کرتے ہیں, مرزا صاحب, اسی تو پھر بھی صاحب کہنے ہو تو صاحب لکھے ہیں کتابیں, کیا وہ سارے علماء کرام فارغ ہو گئے نے؟ وہ نہیں, انج نہیں کریدا ہوں, انج نہیں کریدا. علمی دنیا کے معاملے کچھ اور ہوں نے, ایک جہالت دی دنیا دے معاملے کچھ اور ہوں نے. تے اسی معیار کچھ آپ ہی بہ کے نا اسی بنا لے ہوئے نے کہ بس انہاں معیاراں دے اتنے رہ کے اسی اپنی دنیا ایک بسائی ہوئی ہے, تے انج نہیں, دنیا بہت وڈی ہے جی. اگے گل کر لو شاہ جی, درود و سلام تے بھی ذرا روشنی پا دو, جڑا درود و سلام سنیا جاندا ہے. ہاں جی بالکل, اسی ویکھو نا درود و سلام دی میں گل کیتی ہے, میں کئی واری دا جواب دتا ہے کہ میرے سامنے تے جدوں میں مرزا قادیانی نو علیہ السلام او کہندے نے تے میں یہاں تے انو روک دینا کہ بھائی جے تیرے نزدیک او علیہ السلام ہے تے مرزا قادیانی میرے نزدیک خندیر ہے, تے خندیر تو بدتر ہے, تے میں مرزے نو پھر خندیر کہنا ہی, ہن اوتھے قادیانی چڑ جاندا ہے. تے کئی واری ہویا میری ڈیبیٹاں موجود نے میرے یوٹیوب چینل ختم نبوت ٹائم دے اوتے موجود نے یار. تے بہرحال اچھا اگلی گل ہے وے, ادھر ویکھو, اے تے میری گل سی بھائی, یہ میرا مزاج ہے. ہوں میرا مزاج ہر ایک کا تو نہیں ہو سکتا. ہوں فار ایگزامپل اتنے بیٹھے ہوں عامر نذیر بھائی نے یا دیگر سڈے شاہ صاحب نے, ظفر اللہ شاہ صاحب نے یا دیگر اور نے بڑے, ہوں ظفر اللہ شاہ نے یا مطلب محمد دین سیالوی صاحب ہے, وہ دو بندے نے کہ جڑے ٹی وی دے اتنے بہ کے ردے کا دیانیت کرتے ہیں, ٹی وی چینلز دے اتنے بہ کے تے ڈیبیٹاں کردے نے, تے انہاں نو جدوں ڈیبیٹاں کردے نے انہاں دے سامنے کئی واری انہاں نے علیہ السلام بولے ہے, تے کدی تساں مطلب انہاں دے اتے اعتراض کیتا نہیں جی دیکھو جی تہاڈے سامنے انہاں نے علیہ السلام بولیا سی تے تسی آگے انہوں کچھ کیا؟ نہیں یار, اے ساڈے ہزاراں ڈیبیٹر ایسے نے جنہاں دے سامنے وہ علیہ السلام تے بولدے نے تے اگوں وہ کچھ نہیں کہندے, تے کیا ہن وہ سارے دے سارے وہ فارغ ہو گئے نے؟ اصل رولے ویچ سمجھی دے ہوندے نے کہ اسی نا کچھ معیار بنا لے ہوئے نے کہ ساڈے معیار دے مطابق اگر ڈیبیٹ ہوئے گی تے ٹھیک ہے, ساڈے معیار تو رتی برابر بھی ادھر ادھر ہویا تے ڈنگا سیدھا ہویا تے بس او اے فرق ہو گیا جی, تے انج نہیں بھائی, انج نہیں, انج نہیں کرنا چاہیے. ہاں تسی یہ کہہ سکدے ہو کہ مفتی, تسی یہ کہہ سکدے ہو کہ بھائی